ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂ ਐਸ اے ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਮੈਂ ਹਸਨਜੀਵ ਯਸ਼ਖੰਨਾ ਪੈਸੇ ਤੇਲੇ ਦੀ ਜਦੋਂ ਗੱਲ ਹੁੰਦੀ ਹੈ ਤਾਂ ਕੋਈ ਵੀ ਨੁਕਸਾਨ ਚੁੱਕਣ ਨੂੰ ਤਿਆਰ ਨਹੀਂ ਹੈ ਅਸੀਂ ਹਮੇਸ਼ਾ ਗੱਲ ਕਰਦੇ ਆਂ ਕਿ ਜੰਗ ਹੁੰਦੀ ਹੈ ਦੁਨੀਆ ਦੇ ਵਿੱਚ ਵੱਡੀਆਂ ਵੱਡੀਆਂ ਜੰਗਾਂ ਹੁੰਦੀਆਂ ਨੇ ਪਰ ਉਹਦੇ ਪਿੱਛੇ ਬਿਜ਼ਨਸ ਹੈ ਮਕਸਦ ਹੈ ਇਹ ਜਿਹੜੇ ਦੇਸ਼ ਸਪੋਰਟ ਕਰਦੇ ਨੇ ਉਹਨਾਂ ਦੇਸ਼ਾਂ ਨੂੰ ਜਿਹੜੇ ਜੰਗ ਲੜਦੇ ਨੇ ਉਹਨਾਂ ਨੂੰ ਸਪੋਰਟ ਤਾਂ ਕਰਦੇ ਨੇ ਪਰ ਲੁੱਕ ਲੁੱਕ ਕੇ ਕਰਦੇ ਨੇ ਸਿੱਧੇ ਸਾਹਮਣੇ ਨਹੀਂ ਆਉਂਦੇ ਕਿਉਂਕਿ ਜੇ ਸਿੱਧੇ ਸਾਹਮਣੇ ਆ ਗਏ ਤਾਂ ਦੂਜਾ ਦੇਸ਼ ਵੀ ਜਿਹੜਾ ਸਪੋਰਟ ਕਰਦਾ ਪਿਆ ਉਹਨਾਂ ਨਾਲ ਰਿਲੇਸ਼ਨਸ ਖਰਾਬ ਹੋ ਜਾਣਗੇ ਰਿਲੇਸ਼ਨਸ ਖਰਾਬ ਹੋ ਗਏ ਤਾਂ ਬਿਜ਼ਨਸ ਦਾ ਕੀ ਬਣੇਗਾ ਕਿਉਂਕਿ ਵਾਦਾ ਕੀਤਾ ਹੈ ਨਾ ਉਹਨਾਂ ਨੇ ਆਪਣੇ ਆਪ ਨਾਲ ਵੀ ਔਰ ਆਪਣੇ ਦੇਸ਼ ਵਾਸੀਆਂ ਨਾਲ ਵੀ ਔਰ ਆਪਣੇ ਫਾਈਨੈਂਸ਼ੀਅਲ ਐਕਸਪਰਟਸ ਦੇ ਨਾਲ ਵੀ ਇਹ ਕੋਈ ਵੀ ਹੋ ਜਾਏ ਕੁਝ ਵੀ ਹੋ ਜਾਏ ਬਰ ਅਸੀਂ ਪੈਸੇ ਤੇਲੇ ਦਾ ਕਾਟਾ ਬਰਦਾਸ਼ਤ ਨਹੀਂ ਕਰਨਾ ਗੱਲ ਕੀ ਆ ਦੇਖੋ ਹੁਣ ਇਜ਼ਰਾਈਲ ਤੇ ਹਮਾਸ ਦੀ ਗੱਲ ਹੋਈ ਪਹਿਲਾਂ ਤਾਈਵਾਨ ਦੀ ਗੱਲ ਹੁੰਦੀ ਰਹੀ ਯੂਕੇ ਅੱਗੇ ਆਇਆ ਠੀਕਾ ਯੂਕਰੇਨ ਅੱਗੇ ਆਇਆ ਰਸ਼ੀਆ ਗਿਆ ਆ ਯੂਨਾਈਟਿਡ ਸਟੇਟਸ ਅੱਗੇ ਆਇਆ ਕੈਨੇਡਾ ਅੱਗੇ ਆਇਆ ਇਰਾਨ ਅੱਗੇ ਆਇਆ ਇਜ਼ਰਾਈਲ ਤੇ ਹਮਾਸ ਦੀ ਗੱਲ ਆਪਾਂ ਹੁਣੇ ਕਰਤੀ ਆ ਤਾਂ ਇਹ ਸਭ ਅੱਗੇ ਆਏ ਪਰ ਖੁੱਲਕੇ ਕੋਈ ਨਹੀਂ ਖੁੱਲਕੇ ਕਿਉਂ ਨਹੀਂ ਕਿਉਂਕਿ ਬਿਜ਼ਨਸ ਆ ਉਹਨਾਂ ਦੇ ਕੋਈ ਸੀ ਜਿੰਪਿੰਗ ਮਿਲੇ ਨੇ ਜੋ ਬਾਈਡਨ ਨੂੰ ਜੱਫੀਆਂ ਪੈ ਗਈਆਂ ਨਾ ਔਰ ਉੰਜ ਤਮਕੀਆਂ ਚੱਲਦੀਆਂ ਨੇ ਆ ਕਰ ਦਿਆਂਗੇ ਉਹ ਕਰ ਦਿਆਂਗੇ ਅਸੀਂ ਗ੍ਰੈਵਿਟੀ ਨਿਊਕਲੀਅਰ ਬੰਬ ਬਣਾਇਆ 24 ਗੁਣਾ ਜ਼ਿਆਦਾ ਪਾਵਰਫੁਲ ਆ ਜਿਹੜਾ ਹਿਰੋਸ਼ੀਮਾ ਨਾਗਾਸਾਕੀ ਦੇ ਬੰਬਸ ਦੇ ਉੱਤੋਂ ਸਾਡਾ ਹਥਿਆਰ ਐਦਾਂ ਦਾ ਸਾਡਾ ਨੇਵੀ ਦਾ ਬੇੜਾ ਐਦਾਂ ਦਾ ਪਰ ਜਦੋਂ ਬਿਜ਼ਨਸ ਦੀ ਗੱਲ ਹੁੰਦੀ ਹੈ ਨਾ ਉਦੋਂ ਕੋਈ ਵੀ ਘਟਾਸੈਨ ਨੂੰ ਤਿਆਰ ਨਹੀਂ ਹੁਣ ਕਹਿੰਦੇ ਸੀ ਕਿ ਸ਼ੀ ਜਿਨਪਿੰਗ ਔਰ ਜੋ ਬਾਈਡਨ ਸਾਹਿਬ ਮਿਲਣਗੇ ਤਾਂ ਮਿਲਣ ਤੋਂ ਬਾਅਦ ਕੋਈ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਕਿਉਂ ਨਹੀਂ ਕੀਤੀ ਜਾ ਸਕਦੀ ਜਿੱਥੇ ਪੈਸਾ ਤੇ ਲਾਭ ਬਿਜ਼ਨਸ ਇਨਵੋਲਡ ਹੈ ਉੱਥੇ ਉਮੀਦ ਹੀ ਉਮੀਦ ਹੁੰਦੀ ਆ ਗੱਲ ਇਹ ਆ ਕਿ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਦੇਸ਼ ਦੂਸਰੇ ਦੇਸ਼ ਦੇ ਉੱਤੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਕਰਦਾ ਤਾਂ ਉਹ ਸੁਸਾਈਸਾਈਡ ਹੋਏਗਾ ਇਸ ਕਰਕੇ ਬੈਲੈਂਸ ਰੱਖਿਆ ਜਾਂਦਾ ਪਾਵਰਸ ਦਾ ਹੁਣ ਚੀਨ ਤੇ ਅਮਰੀਕਾ ਨਵੇਂ ਸਮਝੌਤੇ ਹੋਣਗੇ ਠੀਕ ਹੈ ਨਾ ਨਵੀਆਂ ਗੱਲਾਂ ਬਾਤਾਂ ਹੋਣਗੀਆਂ ਬਿਜ਼ਨਸ ਅੱਗੇ ਵਧੂਗਾ ਔਰ ਨਵੇਂ ਨਵੇਂ ਡੈਕਲੇਰेशंस ਹੋਣਗੇ ਸੋ ਨਾਲ ਇਹ ਵੀ ਗੱਲ ਹੁੰਦੀ ਪਈ ਹੈ ਕਿ ਹੁਣ ਗਾਜ਼ਾ ਪੱਟੀ ਦੇ ਵਿੱਚ ਜੋ ਹੋ ਰਿਹਾ ਉਹਨੂੰ ਸਟਾਪ ਕੀਤਾ ਜਾਏ ਜ਼ਰੂਰੀ ਹੈ ਨਾ ਕਿਉਂਕਿ ਹੁਣ ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈ ਹੁਣ ਮਾਨਵ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਕਿਉਂਕਿ ਹੁਣ ਤੇ ਜੋ ਕੁਝ ਕਰਨਾ ਸੀ ਕਰ ਬੈਠੇ ਆ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ ਮਾਰਵਿਲੀਆ ਠੀਕ ਹੈ ਨਾ ਤਬਾਈ ਵੀ ਕਰ ਦਿੱਤੀ ਤੇ ਹੁਣ ਹਿਊਮਨ ਰਾਈਟਸ ਦੇ ਨਾਤੇ ਸਭ ਕੁਝ ਬੰਦ ਕਰ ਦਿੱਤਾ ਜਾਵੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਮੌਤ ਵੀ ਹੋਣ ਲੱਗ ਪਈ ਨਵਜੰਮੇ ਬੱਚਿਆਂ ਦੀ ਵੀ ਮੌਤ ਹੋਣ ਲੱਗ ਪਈ ਤੇ ਹੁਣ ਸਭ ਕੁਝ ਬੰਦ ਕੀਤਾ ਜਾਵੇ ਸ਼ਾਇਦ ਯੁੱਧ ਤੋਂ ਜੋ حاصل ਕਰਨਾ ਚਾਹੁੰਨੇ ਆ ਉਹ حاصل ਹੁੰਦਾ ਪਿਆ ਜਾਂ ਹੋ ਚੁੱਕਾ ਹੈ ਕਿਉਂਕਿ ਵਾਰ ਇਜ਼ ਅ ਬਿਜ਼ਨਸ ਇਹ ਮੈਨੇ ਕਹਿ ਰਿਹਾ ਇਹ ਸਾਰੀਆਂ ਗੱਲਾਂ ਜੋ ਵਕ ਵਕ ਨਿਊਜ਼ਪੇਪਰਸ ਨੇ ਵਕ ਵਕ ਨਿਊਜ਼ਪੇਪਰਸ ਦੇ ਐਡੀਟੋਰੀਅਲਸ ਨੇ ਯਾ एक्सपर्ट्स ਬੈਟ ਵਿੱਚ ਆਇਓ ਫਾਈਨੈਂਸ਼ੀਅਲ ਐਕਸਪਰਟਸ ਨੇ ਚਾਇਓ ਪੋਲੀਟੀਕਲ ਐਕਸਪਰਟਸ ਨੇ ਬਨਦੀਸਾਰੀ ਆਦੀ ਇਹੀ ਰਾਇਆ ਕਿ ਮੁੱਖ ਦੀ ਗੱਲ ਇੱਥੇ ਹੁੰਦੀ ਆ ਕਿ ਵਾਰ ਇਜ਼ ਅ ਬਿਜ਼ਨਸ एवरीथिंग ਇਜ਼ ਅ ਬਿਜ਼ਨਸ ਇਕਨੋਮੀ ਦੀ ਬੱਲੇ ਬੱਲੇ ਹੋਣੀ ਚਾਹੀਦੀ ਹੈ ਬਾਕੀ ਸਿਟੀਜ਼ਨਸ ਦੀਆਂ ਜਾਣਾਂ ਦਾ ਜਾਣ ਵਾਸਤੇ ਹੁੰਦੀਆਂ ਨੇ ਜੋ ਵੀ ਹੈ ਠੀਕ ਹੈ ਗੱਲਾਂ ਨਾਲ ਕਵਰ ਅਪ ਕਰ ਲਵੋ ਹਰ ਚੀਜ਼ ਕਵਰ ਅਪ ਹੋ ਜਾਂਦੀ ਹੈ ਜੋ ਨਿਚੋੜ ਨਿਕਲਦਾ ਇਹੀ ਨਿਕਲਦਾ ਇਹ ਅਕਸਿਕੈਂਡ ਦੇ ਇਹ ਸਾਰੇ ਐਕਸਪਰਟਸ ਕਹਿੰਦੇ ਨੇ ਇਤਿਹਾਸ ਕਹਿੰਦਾ ਚਲਦੇ ਆਂ ਪੰਜਾਬ ਦੇ ਮੁੱਦਿਆਂ ਦੇ ਵੱਲ ਚਲਦੇ ਆਂ ਭਾਰਤ ਦੇ ਮੁੱਦਿਆਂ ਦੇ ਵੱਲ ਤੇ ਆਫ ਕੋਰਸ ਹੋਰ ਵਰਡਸ ਦੇ ਮੁੱਦੇ ਵੀ ਅਸੀਂ ਡਿਸਕਸ ਕਰਾਂਗੇ ਪੰਜਾਬ ਫੋਕਸ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਹਾਂਜੀ ਸੰਜੀਵ ਖੰਨਾ ਜੀ ਇਸ ਤਰ੍ਹਾਂ ਆਪਾਂ ਗੱਲ ਕਰ ਰਹੇ ਆਂ ਕਿ ਸ਼ਾਂਤੀ ਬਹਾਲ ਕਰਨ ਲਈ ਪੂਰੀ ਦੁਨੀਆ ਵਿੱਚ ਐਸ ਤਰ੍ਹਾਂ ਜਦੋਜਦ ਹੋ ਰਹੀ ਹੈ ਜਿਹਦੇ ਵਿੱਚ ਗਰੁੱਪ ਵੀ ਬਣੇ ਆ ਜਿਹਦੇ ਵਿੱਚ ਕੁਝ ਗਰੁੱਪ ਸ਼ਾਂਤੀ ਵੱਲ ਖਿੱਚ ਰਿਹਾ ਤੇ ਕੁਝ ਲੜਾਈ ਵੱਲ ਜਿਸ ਤਰ੍ਹਾਂ ਹਮਾਸ ਦੀ ਗੱਲ ਕੀਤੀ ਹੈ ਹਮਾਸ ਇੱਕ ਪੰਜਾਬੀ ਦਾ ਸ਼ਬਦ ਵੀ ਆ ਹਮਸ ਹਮਸੰ ਦਾ ਸਫੋਕੇਸ਼ਨ ਇਹ ਸਫੋਕੇਸ਼ਨ ਕ੍ਰੀਏਟ ਕਰਨ ਲਈ ਲੋਕਾਂ ਦਾ ਦਿਮਾਗ ਉਸ ਵੱਲ ਲਜਾਣ ਲਈ ਜਿਹੜੇ ਉਗਰਵਾਦੀ ਨੇ ਜਿਹੜੇ ਤੰਕਵਾਦੀ ਨੇ ਜਿਹੜੇ ਐਕਸਟਰੀਮਿਸਟ ਨੇ ਹਰ ਦੇਸ਼ ਵਿੱਚ ਬੈਠੇ ਆ ਔਰ ਇਹ ਤਿੰਨ ਟਿਗੜੀ ਦੇ ਵਿੱਚ ਲੜਾਈ ਸੀ ਤਿੰਨਾ ਹਸਤੀਆਂ ਦੇ ਵਿੱਚ ਤਿੰਨਾ ਪਾਵਰਾਂ ਦੇ ਵਿੱਚ ਲੜਾਈ ਸੀ ਇਹਨਾਂ ਦੀ ਜਿਹੜੀ ਫਲਸਤੀਨ ਤੇ ਇਜ਼ਰਾਇਲ ਤੇ ਹਮਾਸ ਦੇ ਵਿੱਚ ਔਰ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਸੀ ਇਸੇ ਤਰ੍ਹਾਂ ਚైనా ਦੇ ਵਿੱਚ ਹੋ ਰਿਹਾ ਹੈ ਇਸੇ ਤਰ੍ਹਾਂ ਇਹ ਡੀਐਚ ਵੀ ਹੁੰਦਾ ਹਰ ਦੇਸ਼ ਵਿੱਚ ਕੁਝ ਨਾ ਕੁਝ ਇਸ ਤਰ੍ਹਾਂ ਦੇ ਤੱਤ ਬੈਠੇ ਹੁੰਦੇ ਆ ਜਿਹੜੇ ਉਦੇੜ ਦਿੰਦੇ ਸਾਰਾ ਕੁਝ ਬਣੀ ਬਣਾਈ ਖੇਡ ਨੂੰ ਬਿਲਕੁਲ ਵਿਗਾੜ ਦਿੰਦੇ ਆ ਬਿਲਕੁਲ ਬਿਲਕੁਲ ਜੀ ਦੇਖੋ ਇੱਕ ਗੱਲ ਸੋਚਣ ਵਾਲੀ ਹੈ ਪਹਿਲਾ ਵਿਸ਼ਵ ਯੁੱਧ ਹੋਇਆ ਦੂਸਰਾ ਵਿਸ਼ਵ ਯੁੱਧ ਹੋਇਆ ਅਨੇਕਾਂ ਯੁੱਧ ਹੋਏ ਅਜੇ ਸਮਝ ਨਹੀਂ ਆਈ ਕਿ ਸ਼ਾਂਤੀ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਉਹ ਫਿਰ ਲੜ ਕੇ ਫਿਰ ਲੜਾਈਆਂ ਕਰਕੇ ਫਿਰ ਸ਼ਾਂਤੀ ਦੀ ਸਥਾਪਨਾ ਕਰੋ ਜੀ ਲੜਦੇ ਕਿਉਂ ਹੋ ਔਰ ਇੰਨੇ ਖਤਰਨਾਕ ਹਥਿਆਰ ਕਿਉਂ ਬਣਾਉਂਦੇ ਹੋ ਆ ਨਿਊਕਲੀਅਰ ਗ੍ਰੈਵਿਟੀ ਬੰਬ ਬਣਾਉਣ ਦੀ ਕੀ ਲੋੜ ਹੈ ਪਾਵਰ ਪੈਸਾ ਇਕੱਠਾ ਕਰਨ ਦੇ ਔਰ ਉਹਦੇ ਵਿੱਚ ਹਮਾਕਤ ਤੇ ਵੀ ਹੈਗੀ ਕਿ ਉਹਦੇ ਵਿੱਚ ਸਾਰੇ ਜਗਾ ਤੇ ਕਬਜ਼ਾ ਕਰਨ ਦੇ ਅਜੇ ਤੱਕ ਅਸੀਂ 1947 ਤੋਂ ਪਾਕਿਸਤਾਨ ਰਹੇ ਹਜੇ ਤੱਕ ਮਕਬੂਜ਼ਾ ਕਸ਼ਮੀਰ ਸ਼੍ਰੀਨਗਰ ਦਾ ਰੌਂਡਿੰਗ ਏਰੀਆ ਉਹਦੇ ਵਿੱਚ ਵੀ ਰੌਲਾ ਹੈ ਕਿ ਕਿਹੜਾ ਹਿੱਸਾ ਉਹਨਾਂ ਕੋ ਕਿਹੜਾ ਸਾਡੇ ਕੋਲ ਹੈ ਉਹ ਧਾਰਮਿਕ ਸਥਾਨ ਜਿਹੜੇ ਉਹਨਾਂ ਕੋਲ ਜਿਹੜੇ ਹੋਣਾ ਜ਼ਾਪਾਰ ਦਾਸਾਂ ਕਰ ਕਰਕੇ ਲੈ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਹਨ ਨਨਕਾਣਾ ਸਾਹਿਬਾ ਦਰਸ਼ਨ ਵੀ ਲਈ ਵੀ ਜਾਣੇ ਆ ਗੁਰੂ ਅਰਜਨ ਦੇਵ ਜੀ ਦੇ ਵੀ ਉੱਥੇ ਇਤਿਹਾਸਕ ਸਥਾਨ ਨੇ ਇਹਨਾਂ ਦੀ ਜਦੋਂ ਜਾਇਦ ਲੜਾਈ ਜਿਹੜੀ ਧਰਮਾਂ ਨਾਲ ਵੀ ਹੁੰਦੀ ਆ ਅ ਇੱਕ ਪਾਸੇ ਬਹੁਤ ਵੱਡੀ ਜਿਹੜੀ ਪਾਵਰ ਹੈ ਇਸਲਾਮਕ ਹੈਗੀ ਦੂਜੇ ਪਾਸੇ ਯਹੂਦੀ ਹੈਗੀ ਔਰ ਬਾਕੀ ਜੜੀਆਂ ਛੋਟੀਆਂ-ਛੋਟੀਆਂ ਜੜੀਆਂ ਜਿਸ ਤਰ੍ਹਾਂ ਸੀ Hindu ਕਹ ਲਈਏ ਸਨਾਤਨ ਧਰਮ ਹੈਗਾ ਔਰ ਸਿੱਖ ਸਮੁਦਾਇ ਇਹਦਾ ਵੀ ਇੱਕ ਬਹੁਤ ਵੱਡਾ ਨਾਂ ਹੈਗਾ ਪੂਰੀ ਦੁਨੀਆ ਵਿੱਚ ਇਹ ਕੁਝ ਤਾਂ ਕੁਝ ਹੈਗੀ ਆ ਕੁਝ ਇਸਤਾਂ ਨੂੰ ਪੂਜਣ ਦੀ ਹੈ ਧਰਮ ਨੂੰ ਜਿਹੜਾ ਸਤਕਾਰ ਕਰਨ ਦੀ ਹੈ ਔਰ ਚੰਗੀ ਜਾਂਚ ਚੰਗਾ ਜੀਵਨ ਜੀਵਨ ਦੀ ਜਾਂਚ ਵੀ ਹੈ ਔਰ ਇਹਨਾਂ ਚੀਜ਼ਾਂ ਦੀ ਤਾਂ ਗੱਲ ਹੈਗੀ ਆ ਕਿ ਦੁਨੀਆ ਨੂੰ ਸਾਬਤ ਸੂਰਤ ਰੱਖਣਾ ਪਰ ਇਹਦੇ ਵਿੱਚ ਤੋੜ ਭੰਨਣ ਲਈ ਵੀ ਲੋਕ ਬੈਠੇ ਹੁੰਦੇ ਆ ਇਹ ਜਿਹੜੇ ਤੋੜ ਭੰਨ ਕਰ ਰਹੇ ਆ ਇਹ ਸ਼ਰਾਰਤੀ ਲੋਕ ਨੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦਾ ਹੁਣੇ-ਹੁਣੇ ਦੁਨ ਜ਼ਿਕਰ ਕੀਤਾ ਹੈਗਾ ਹੁਣੇ-ਹੁਣੇ ਫਿਰ ਇਹਨਾਂ ਨੇ ਵੱਡੀਆਂ ਪਾਵਰਾਂ ਨੇ ਆਪਣੀ ਜਿਹੜੀਆਂ ਗਲਤੀਆਂ ਨੂੰ ਸਵਾਰਦੇ ਹੋਏ ਫਿਰ ਦੁਬਾਰਾ ਮੀਟਿੰਗਾਂ ਰੱਖੀਆਂ ਕਿ ਅਸੀਂ ਉਸੇ ਰਸਤੇ ਤੇ ਆਇਓ ਮੋੜ ਕੋੜ ਕੇ ਕਹਿੰਦੇ ਨੇ ਪੰਜਾਬੀ ਜਿੱਕੇ ਖੋਤੀ ਬੋੜ ਥੱਲੇ ਆ ਜਾਂਦੀ ਏ ਉਹ ਗੱਲ ਹੈ ਵੀ ਹੁਣ ਜਿਹੜੀ ਅਮਰੀਕਾ ਤੇ ਚੀਨ ਵਿਚਾਲੇ ਗੱਲਬਾਤ ਹੈ ਜੀ ਜੀ ਇਹ ਟਕਰਾਅ ਦੀ ਨੀਤੀ ਜੀ ਜੀ ਇਹ ਕਹਿੰਦੇ ਨੇ ਹੁਣ ਖਤਮ ਕਰ ਦਿੱਤੀ ਜਾਵੇ ਤੇ ਹੁਣ ਰਾਹ ਨਵੇਂ ਖੋਲੇ ਜਾਣ ਬਿਜ਼ਨਸ ਵਾਸਤੇ ਔਰ ਅਸੀਂ ਪਹਿਲਾਂ ਵੀ ਕਹਿੰਨੇ ਆ ਕਿ ਜਿਹੜੀ ਟੈਸਲਾ ਕਾਰ ਹੈ ਜਿਸ ਦੇ ਬੇਸ ਦੇ ਉੱਤੇ ਐਲਨ ਮਸਕ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਆਦਮੀ ਬਣੇ ਹੋਏ ਨੇ ਉਹਦਾ ਉਤਪਾਦਨ ਤੇ ਚਾਈਨਾ 'ਚ ਹੀ ਹੁੰਦਾ ਹੈ ਚਾਈਨਾ 'ਚ ਹੁੰਦਾ ਸੋ ਇਹ ਬਿਜ਼ਨਸ ਡੀਲਸ ਨੇ ਤਾਈਵਾਨ ਵੇਲੇ ਕਿੰਨਾ ਰੌਲਾ ਪਿਆ ਹਾਂ ਅਮਰੀਕਾ ਔਰ ਚਾਈਨਾ ਕਿੱਦਾਂ ਇੱਕ ਦੂਜੇ ਨੂੰ ਧਮਕੀਆਂ ਦੇਣਾ ਪਿੱਛੇ ਜੇ ਗੁਬਾਰੇ ਦੀ ਗੱਲ ਵੀ ਹੋਈ ਸੀ ਉਹ ਕਹਿੰਦਾ ਮੌਸਮ ਵਿਭਾਗ ਦਾ ਗੁਬਾਰਾ ਹੈ ਤੇ ਅਮਰੀਕਾ ਕਹਿੰਦਾ ਨਹੀਂ ਜੀ ਇਹ ਜਸੂਸੀ ਗੁਬਾਰਾ ਚੀਨ ਤੇ ਅਮਰੀਕਾ ਦੀ ਖੜਕ ਪਈ ਔਰ ਦੋਵਾਂ ਦੇ ਰਿਸ਼ਤੇ ਜਿਹੜ ਠੀਕ ਹੈ ਕਿਉਂਕਿ ਇਹ ਇੰਟਰਨੈਸ਼ਨਲ ਰਿਲੇਸ਼ਨਸ ਨੇ ਫੋਰਨ ਪੋਲਿਸੀ ਹੈ ਕੋਟਨੀਤੀ ਹੈ ਡਿਪਲੋਮੇਸੀ ਹੈ ਔਰ ਇਹਨਾਂ ਨੇ ਬੁਲਾਇਆ ਨੂੰ ਦੇਖੋ ਸੀਜ਼ਨ ਪਿੰਕ ਦੀ ਇੱਕ ਵੱਡੀ ਹਸਤੀ ਆ ਪਰਸਨੈਲਿਟੀ ਆ ਔਰ ਇੱਕ ਦੇਸ਼ ਦਾ ਰਾਸ਼ਪਤੀ ਹੋਣਾ ਬਹੁਤ ਵੱਡਾ ਰਤਬਾ ਔਰ ਉਹਨਾਂ ਨੂੰ ਇਹਨਾਂ ਨੇ ਸਾਨ ਫ੍ਰਾਂਸਿਸਕੋ ਅਮਰੀਕਾ ਚ ਕਾਲ ਕੀਤਾ ਉੱਥੇ ਬੁਲਾਇਆ ਬਾਇਡਨ ਸਾਹਿਬ ਨੇ ਉਹਨਾਂ ਨਾਲ 4 ਘੰਟੇ ਦੀ ਬਾਤ ਚਿੱਤ ਕੀਤੀ ਹੈ ਗੱਲਬਾਤ ਕੀਤੀ ਹੈ ਔਰ ਉਹਦੇ ਚ ਪੱਤਰਕਾਰ ਉਹ ਚ ਮੀਡੀਆ ਬੜਾ ਇਨਵੋਲ ਹੋਇਆ ਔਰ ਉਹਨਾਂ ਨੇ ਆਪਣੀ ਆਪਣੀ ਰਿਪੋਰਟਾਂ ਕੀਤੀਆਂ ਲੋਕਾਂ ਤੱਕ ਪਹੁੰਚਾਈਆਂ ਸੋਸ਼ਲ ਮੀਡੀਆ ਦੇ ਰਾਹੀਂ ਔਰ ਉਹਦੇ ਵਿੱਚ ਬਾਈਡਨ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਇਹ ਆਪਣੀ ਨੀਤੀ ਆ ਬਣਾ ਰਿਹਾ ਔਰ ਜੋ ਕੁਛ ਇਹਦੇ ਮਨ ਚਾਹੁੰਦਾ ਉਸ ਤਰ੍ਹਾਂ ਦੀ ਗੱਲ ਕਰਦਾ ਪਰ ਅੱਜ ਮੇਰੇ ਨਾਲ ਜਿਹੜਾ ਇਹਨਾਂ ਦਾ ਮਿਲ ਬੈਠ ਕੇ ਗੱਲ ਕਰਨ ਦਾ ਜਿਹੜੀ ਗੱਲ ਹੈਗੀ ਆ ਇਹ ਪੂਰੀ ਅੰਤਰਰਾਸ਼ਟਰੀ ਤੌਰ ਤੇ ਲੋਕਾਂ ਦੀ ਨਜ਼ਰ ਰਚ ਜਾਏਗੀ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਸ਼ਾਂਤ ਸਾਗਰ ਹੈ ਜਿਹੜਾ ਏਸ਼ੀਅਨ ਪ੍ਰਸ਼ਾਂਤ ਸਾਗਰ ਹੈ ਉਹਨਾਂ ਦੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਅਸੀਂ ਇਸ ਮੁੱਦੇ ਤੇ ਗੱਲ ਕਰਾਂਗੇ ਦੂਜਾ ਸਾਡਾ ਜਿਹੜਾ ਬਿਜ਼ਨਸ ਆ ਉਹਦੇ ਬਾਰੇ ਕੰਪਨੀਆਂ ਇਨਵੋਲਵ ਉਹਦੇ ਵਿੱਚ ਉਹਦੇ ਬਾਰੇ ਔਰ ਆਉਣ ਵਾਲੇ ਜਿਹੜੇ ਸਮਾਂ ਜਿਹੜਾ ਨਿਕਟਾ ਆ ਰਿਹਾ ਉਹਦੇ ਵਿੱਚ ਵੀ ਅਸੀਂ ਗੱਲ ਕਰਾਂਗੇ ਕਿ ਅੱਗੇ ਤੋਂ ਇਹਨਾਂ ਦੀ ਕੋਈ ਸ਼ਰਾਰਤ ਨਾ ਹੋਵੇ ਇਹ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਕੋਰੋਨਾ ਦੇ ਦੌਰਾਨ ਇਹਨਾਂ ਵੱਲੋਂ ਕੋਈ ਬਿਮਾਰੀ ਫੈਲਾਉਣ ਦਾ ਰਾਜ਼ ਸੀਗਾ ਗੱਲ ਕੀਤੀ ਸੀ ਉਹਦੇ ਵਿੱਚ ਅਸੀਂ ਨੁਕਸਾਨਬਾਤ ਹਟਾਇਆ ਹਾਲਾਂਕਿ ਉਹ ਹਮਰੁੱਤ ਬਦਮਨ ਨੇ ਗੱਲ ਕਰ ਰਹੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਕਰੋਨਾ ਦੀ ਬਿਮਾਰੀ ਫੈਲ ਗਈ ਹੈ ਉਹਦੇ ਵਿੱਚ ਸਾਡੇ ਮੌਤਾਂ ਬਹੁਤ ਹੋਈਆਂ ਔਰ ਉਹਦੇ ਵਿੱਚ ਇੰਡੀਆ ਦਾ ਯੋਗਦਾਨ ਰਿਹਾ ਉਹਦੇ ਵਿੱਚ ਬਹੁਤ ਦਵਾਈਆਂ ਇੰਡੀਆ 'ਚੋਂ ਗਈਆਂ ਜਿਹੜੀ WHO ਨੇ ਰਿਪੋਰਟ ਦਿੱਤੀ ਹੈ ਕਿ ਇੰਡੀਆ 'ਚੋਂ ਜਿੰਨੀਆਂ ਮੈਡੀਸਿਨ ਬਣ ਕੇ ਪੂਨਾ ਦੇ ਰਹੀ ਉਹ ਉੱਥੇ ਪਹੁੰਚੀਆਂ ਉਹ ਦੇਖ ਉਹਨਾਂ ਨਾਲ ਲੋਕਾਂ ਨੇ ਜਿਹੜੀਆਂ ਖਾਧੀਆਂ ਉਹਨਾਂ ਨਾਲ ਠੀਕ ਵੀ ਹੋਏ ਆ ਔਰ ਚైనా ਦੇ ਵਿੱਚ ਇਹਨਾਂ ਨੇ ਆਪਣੇ ਆਪ ਹੀ ਕੰਟਰੋਲ ਕਰ ਲਿਆ ਜਿਸ ਬਿਮਾਰੀ ਦੀ ਜੜ ਜਿਹੜਾ ਦੇਸ਼ ਹੈਗਾ ਉਹ ਨੇ ਆਪ ਹੀ ਉਹਨੂੰ ਜੋੜ ਦੋੜ ਮਛੋੜਾ ਕਰਕੇ ਉਹਨੂੰ ਕੰਟਰੋਲ ਕਰਕੇ ਕਾਬੂ ਕਰਕੇ ਆਪ ਬਿਲਕੁਲ ਸੁਰਖਿਆ ਤੇ ਔਰ ਜਿੱਥੇ ਫੈਲ ਗਈ ਉੱਥੇ ਲੋਕ ਮਰ ਗਏ ਔਰ ਇਹ ਗੱਲਬਾਤ ਜਿਹੜੀ ਹੈ ਇਹ ਨਵੇਂ ਰਾਹ ਖੋਲੇਗੀ ਜਿਸ ਤਰ੍ਹਾਂ ਤੁਸੀਂ ਕਿਹਾ ਵਾ ਅੱਛਾ ਮਾਰਗਦਰਸ਼ਨ ਕਰੇਗੀ ਦੋ ਵੱਡੇ ਲੋਕਾਂ ਦਾ ਆਪਸੀ ਮਿਲ ਕੇ ਬੈਠਣਾ ਚੰਗੀ ਗੱਲ ਹੁੰਦੀ ਹੈ ਕਿ ਲੜਾਈ ਜਿਹੜੀ ਹੈਗੀ ਹੈ ਦੂਰ ਹੋ ਜਾਊਗੀ ਕਿਉਂਕਿ ਉਹ ਕਹਿੰਦਾ ਮੈਂ ਕਬਜ਼ਾ ਕਰ ਲਾਂ ਇਜ਼ਰਾਈਲ ਤੇ ਦੂਸਰੇ ਦੇਸ਼ਾਂ ਤੇ ਅਮਰੀਕਾ ਫਲਾਸਤੀਨ ਉਹਦੇ ਵਿੱਚ ਹੀ ਹੈਗਾ ਔਰ ਉਹਦੇ ਵਿੱਚ ਹਮਾਸ ਵੀ ਹੈਗਾ ਔਰ ਦੂਜੇ ਪਾਸੇ ਯੂਕਰੇਨ ਤੇ ਰਸ਼ੀਦ ਦੀ ਲੜਾਈ ਵੀ ਹੈਗੀ ਹੈ ਹੁਣ ਜੇ ਸ਼ੀਜ਼ਨ ਪੇਂਗ ਇਹਨਾਂ ਨਾਲ ਬੈਠ ਗਿਆ ਕੁਝ ਨਾ ਕੁਝ ਸ਼ਾਂਤੀ ਹੋਗੀ ਪੁਤਿਨ ਸਾਹਿਬ ਵੀ ਨੰਦੀ ਗੱਲ ਮੰਨਣਗੇ ਉਹਦੇ ਵਿੱਚ ਯੂਕਰੇਨ ਦੇ ਵਿੱਚ ਲੜਾਈ ਵੀ ਜਿਹੜੀ ਉਹ ਹੀ ਖਤਮ ਹੋ ਜਾਊਗੀ ਔਰ ਸਾਡੇ ਮੁੰਡੇ ਜਿਹੜੇ ਪੜਨ ਗਏ ਸੀ ਯੂਕਰੇਨ ਯੂਕਰੇਨ ਦੇ ਵਿੱਚ ਐਮਬੀਬੀਐਸ ਕਰ ਰਹੇ ਸੀ ਉਹਨਾਂ ਨੂੰ ਵੀ ਥੋੜੀ ਜਿਹੀ ਰਾਤ ਮਿਲ ਜੂਗੀ ਕਿਉਂਕਿ ਉਹ ਇੱਥੇ ਪੜਨਗੇ ਦੁਬਾਰਾ ਜਾ ਕੇ ਐਮਬੀਬੀਐਸ ਕਰਨਗੇ ਮੈਡੀਕਲ ਦੀ ਐਜੂਕੇਸ਼ਨ ਸੀ ਵਿਚਾਰੇ ਵੇਲੇ ਆ ਕੇ ਬਹਿ ਗਿਆ ਲੜਾਈ ਜਿੱਦਾਂ ਤੁਸੀਂ ਦੱਸਿਆ ਇਹ ਬਿਜ਼ਨਸ ਵੀ ਤੇ ਹੈ ਪਰ ਭਿਆਨਕ ਸਿੱਟਾ ਹੁੰਦਾ ਉਹਦੇ ਭਿਆਨਕ ਸਿੱਟੇ ਜਿਹਨਾਂ ਲੋਕ ਗੁਜ਼ਰਦੇ ਬਿਲਕੁਲ ਦੇਖੋ ਨਾ ਇੰਨੀਆਂ ਖਤਰਨਾਕ ਬੰਦੂਕਾਂ ਇੱਕ ਮਿੰਟ ਦੇ ਅੰਦਰ ਜਿਹੜੇ 20 ਗੋਲੀਆਂ ਨਿਕਲਦੀਆਂ ਉਹ ਠੀਕ ਹੈ ਨਾ ਔਰ ਅਮਰੀਕਾ ਦੇ ਵਿੱਚ ਅਸੀਂ ਗਨ ਕਲਚਰ ਦੇਖ ਲਈਆਂ ਕਿ ਮੈਂ ਸਾਰੇ ਹਮ ਤੜ 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 ਗੋਲੀਆਂ ਚਾੜ ਕੇ ਬੰਦੇ ਆ ਦੇਖਦੇ ਕਿੰਨੇ ਲੋਕ ਮਰਦੇ ਆ ਮਤਲਬ ਉਹਨਾਂ ਵਾਸਤੇ ਫੈਂਟਸੀ ਆ ਉਹਨਾਂ ਵਾਸਤੇ ਵੀਡੀਓ ਗੇਮ ਐ ਇੱਕ ਮਿੰਟ ਸੇ 10 ਵੀ ਗੋਲੀਆਂ ਕੱਢੀਆਂ ਬੰਦੇ ਆ ਲਟਾਤੇ ਇਹ ਕੀ ਯਾਰ ਐਸੇ ਸਿਆਣੇ ਲੋਕਾਂ ਦੇ ਆਂ ਤੇ ਬਾਂਦਰ ਦੇ ਹੱਥ ਜੇ ਬਾਂਦਰ ਨੂੰ ਬੰਦੂਕ ਚੁਣਨਾ ਆਉਣੀ ਆ ਜੇ ਉਹ ਫਾਇਰਿੰਗ ਕਰਨੀ ਆ ਜੇ ਤੋ ਦੁਨੀਆ ਤਬਾਹ ਕਰ ਸਕਦਾ ਪਰ ਆ ਜਿਹੜੀ ਸ਼ਰਾਰਤੀ ਐ ਇਹ ਵੀ ਬਾਂਦਰ ਤੋਂ ਨੇੜੇ ਵਾਲੀ ਗੱਲ ਨਹੀਂ ਹੈਗੀ ਕਿ ਜੇ ਵਸਦੇ ਰਸਤੇ ਚੰਗੇ ਭਲੇ ਕੰਮ ਕਰਦੇ ਲੋਕਾਂ ਨੂੰ ਭਲੇ ਮਾਨਸ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਉਣਾ ਹੈ ਵੀ ਬੰਦਰ ਵਾਲੀ ਜਿਹੜੀ ਐਨਐਸਐਲ ਚ ਸ਼ਰਾਰਤੀ ਲੋਕ ਨੇ ਜਿਹੜਾ ਬੰਦੇ ਦਾ ਇਹਨਾਂ ਨੂੰ ਕੋਈ ਬੈਰ ਨਹੀਂ ਜਿੰਨੇ ਗਾਲ ਨਹੀਂ ਕੱਢੀ ਕਿਸੇ ਨਾਲ ਲੜਿਆ ਨਹੀਂ ਝਗੜਿਆ ਨਹੀਂ ਉਹ ਜਿੱਤੇ ਗੋਲੀ ਚਲਾ ਕੇ ਉਹਨੂੰ ਬਿਲਕੁਲ ਮੌਤ ਦੇ ਘਾਟ ਉਤਾਰ ਦੇਣਾ ਕਤਲ ਕਰ ਦੇਣੇ ਉਹਦੇ ਔਰ ਉਹਨੂੰ ਉਹਦੀ ਪੂਰੀ ਜ਼ਿੰਦਗੀ ਨੂੰ ਹਲਵਾ ਦਾ ਕਹਿ ਦੇਣਾ ਕਿੰਨੀ ਮਾੜੀ ਗੱਲ ਹੈ ਬਿਲਕੁਲ ਜੀ ਉਹ ਡਾਰਵਿਨ ਦੀ ਥਿਉਰੀ ਹੈ ਨਾ ਜਿਹੜੀ ਕਿ ਬੰਦਾ ਜਿਹੜਾ ਬਾਂਦਰ ਤੋਂ ਡਿਵੈਲਪ ਹੋਇਆ ਉਹ ਸੱਚੀ ਸਾਬਤ ਹੁੰਦੀ ਹੈ ਕਿਉਂਕਿ ਹਰਕਤਾਂ ਬਾਂਦਰਾਂ ਵਾਰੀਆਂ ਹੀ ਨੇ ਜੋ ਹਜੇ ਤੱਕ ਵੀ ਚਲਦੀਆਂ ਪਈਆਂ ਨੇ ਉਹ ਪੂਰੇ ਵਿਸ਼ਵ ਦੇ ਵਿੱਚ ਔਰ ਕਈ ਵਾਰ ਵੱਡੇ ਵੱਡੇ ਲੀਡਰਸ ਵੀ ਬਾਂਦਰਾਂ ਵਾਰੀਆਂ ਹਰਕਤਾਂ ਕਰਦੇ ਨੇ ਸਹੀ ਗੱਲ ਆਦਮਰੁਖਾ ਜਿਹੜਾ ਹੈ ਆਦਮਰੁਖ ਜਿਹੜਾ ਜੰਗਲਾਂ 'ਚ ਰਹਿੰਦਾ ਹੈ ਨਾ ਉਹਦੀ ਹਰਕਤਾਂ ਉਹਦਾ ਆਪਣਾ ਚਾਲ ਬੋਲਚਾਲ ਉਹਦਾ ਰਹਿਣਾ ਖਾਣ ਪੀਣ ਔਰ ਉਹਦਾ ਲੋਕਾਂ ਬਾਰੇ ਸੋਚਣਾ ਸਾਰਾ ਕੁਝ ਉਹੀ ਚੀਜ਼ ਸੀਗਾ ਆਦਮਰੁਖ ਦੇ ਵਿੱਚ ਵੀ ਫਿਰ ਹੌਲੇ ਹੌ ਲੋਕਾਂ 'ਚ ਸੂਝ ਆਈ ਲੋਕਾਂ ਦੇ ਵਿੱਚ ਸਿਵਲਾਈਜੇਸ਼ਨ ਆਈ ਫਿਰ ਲੋਕ ਥੋੜੇ ਜੇ ਇਸ ਤਰ੍ਹਾਂ ਦੇ ਹੋ ਗਏ ਕਿ ਸੂਝਵਾਨ ਹੋ ਗਏ ਔਰ ਥਿੰਕਰ ਹੋਏ ਫਿਲਾਸਫਰ ਹੋਏ ਦਾਰਸ਼ਨਿਕ ਹੋਏ ਅਰ ਸ਼ਾਸਤਰੀ ਹੋਏ ਇਹਨਾਂ ਲੋਕਾਂ 'ਚੋਂ ਬਣ ਕੇ ਬਣੇ ਆ ਪਰ ਕਈ ਲੋਕ ਅਜੇ ਉੱਥੇ ਦੇ ਉੱਥੇ ਖਲੋਤੇ ਆ ਜਿਨ੍ਹਾਂ ਸੀ ਅੰਗਰੇਜ਼ੀ ਵਿੱਚ ਸਟੈਗਨੇਸ਼ਨ ਆਨੇ ਜਿਹਦੇ 'ਚ ਕਹਿੰਦੇ ਵੀ ਉਹਦੇ ਪਾਣੀ 'ਚ ਬਦਬੂ ਆਉਂਦੀ ਆ ਉੱਤੇ ਬੂਰ ਆ ਗਿਆ ਜਿਹੜਾ ਖੜਾ ਪਾਣੀ ਆ ਜੇ ਬਹਾਵ ਆ ਉਹ ਪਿੱਤਰ ਜਾਲ ਹੈ ਉਹ ਲੋਕਾਂ ਨੂੰ ਜ਼ਿੰਦਗੀ ਬਖਸ਼ੇਗਾ ਪਰ ਜਿਹੜੇ ਖਲੋਤੇ ਆ ਉਹ ਮੌਤ ਬਿਲਕੁਲ ਜੀ ਜਿਹੜੋ ਆਪਾਂ ਕਹਿੰਦੇ ਨਾ ਮੈਚਿਓਰਿਟੀ ਇਮ ਮੈਚਿਓਰ ਉਹ ਗੱਲਾਂ ਸਾਰੀਆਂ ਸਾਬਤ ਹੁੰਦੀਆਂ ਨੇ ਹੁਣ ਸੰਯੁਕਤ ਰਾਸ਼ਟਰ ਵੱਲੋਂ ਗਾਜ਼ਾ ਪੱਟੀ ਵਿੱਚ ਜੰਗ ਖਤਮ ਕਰਨ ਲਈ ਮਾਲਟਾ ਵਿੱਚ ਮਾਨਵੀ ਜੰਗ ਬੰਦੀ ਮਤਾ ਪਾਸ ਕੀਤਾ ਗਿਆ ਮਾਲਟਾ ਦੇ ਵਿੱਚ ਕੀਤਾ ਗਿਆ ਚਲੋ ਯੂਨਾਈਟਿਡ ਨੇਸ਼ਨਸ ਦੀ ਕੋਈ ਤਾਂ ਗੱਲ ਮੰਨੀ ਕਿਉਂਕਿ ਯੂਨਾਈਟਿਡ ਨੇਸ਼ਨਸ ਨੇ ਟੂ ਨੇਸ਼ਨ ਥਿਊਰੀ ਵੀ ਦਿੱਤੀ ਸੀ ਕਿ ਫਿਲਸਤੀਨ ਦਾ ਇਹ ਇਲਾਕਾ ਹੈ ਇਹ ਇਜ਼ਰਾਈਲ ਦਾ ਇਲਾਕਾ ਹੈ ਉਹਨੂੰ ਵੀ ਨਹੀਂ ਮੰਨਦੇ ਹਨ UN ਨੇ ਯੂਨਾਈਟਿਡ ਨੇਸ਼ਨਸ ਦੀ ਇਹ ਗੱਲ ਮੰਨ ਲੈਂਨ ਹਾਲਾਂਕਿ ਅਮਰੀਕਾ ਨੇ ਆਪਣੀ ਵੀਟੋ ਇਸਤੇਮਾਲ ਕੀਤੀ ਸੀ ਪਰ ਫਿਰ ਵੀ ਰਾਹ ਨਹੀਂ ਮਿਲਦਾ ਪਿਆ ਸੀ ਗਾਜ਼ਾ ਦੇ ਵਿੱਚ ਮਨੁੱਖੀ ਸਹਾਇਤਾ ਪਹੁੰਚਾਉਣ ਦਾ ਹੁਣ ਇਹ ਕੀ ਨਵਾਂ ਸਿਲਸਿਲਾ ਜੀ ਇਹ ਹੁਣੇ ਹੋਇਆ ਮਾਲਟਾ ਦੇ ਵਿੱਚ ਇਹਦੇ ਵਿੱਚ ਜਿਹੜਾ ਸੁਰੱਖਿਆ ਕਾਉਂਸਲ ਹੈ ਸੰਯੁਕਤ ਰਾਸ਼ਟਰ ਉਹਨੇ ਇਹ ਗੱਲ ਕਰ ਦਿੱਤੀ ਆ ਕਿ UN ਨੇ ਕਿ ਇਹਦੇ ਵਿੱਚ ਸ਼ਾਂਤੀ ਬਹਾਲ ਕਰਨੀ ਹੈ ਔਰ ਮਤਾ ਪਾਸ ਹੋ ਗਿਆ ਜਿਹਦੇ ਵਿੱਚੋਂ 15 ਵੋਟਾਂ ਦੇ ਵਿੱਚੋਂ 12 ਇਹਨਾਂ ਵੱਲ ਆ ਗਈਆਂ ਤੇ ਜਿਹਦੇ ਵਿੱਚ ਬ੍ਰਿਟੇਨ ਅਮਰੀਕਾ ਤੇ ਰਸ਼ੀਆ ਇਹਨਾਂ ਕੰਟਰੀ ਉਹਦੇ ਨੇੜੇ ਨਹੀਂ ਆਏ ਉਹਨਾਂ ਨੇ ਆਪਣੀ VOTING ਨਹੀਂ ਕੀਤੀ ਔਰ ਉਹ ਬਾਕੀ ਕੰਟਰੀ ਜਿਹੜੇ ਆ ਉਹ ਨੇੜੇ ਆ ਗਏ ਉਹਨਾਂ ਨੇ ਆਪਣੀ ਸਹਿਮਤੀ ਪ੍ਰਗਟਾਤੀ ਹੈ ਕਿ ਸ਼ਾਂਤੀ ਬਹਾਲ ਹੋਣੀ ਚਾਹੀਦੀ ਹੈ ਔਰ ਇਹਦੇ ਵਿੱਚ ਸੀਜ਼ਫਾਇਰ ਵੀ ਹੋ ਜਾਊਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੁਣੇ-ਹੁਣੇ ਵੀ ਇਦਾਂ ਦੀ ਇੱਕ ਜੜੀ ਰਿਪੋਰਟ ਵੀ ਆਈ ਆ ਕਿ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਯੁੱਧ ਜੰਗਬੰਦੀ ਸਮਾਪਤ ਹੋ ਜੂਗੀ ਔਰ ਇਹ ਸਾਡੇ ਦਰਸ਼ਕਾਂ ਲਈ ਸਾਡੇ ਆਮ ਜਿਹੜੇ ਲੋਕ ਬੈਠੇ ਨੇ ਪ੍ਰਵਾਸੀ ਭਾਰਤੀ ਐਨ ਆਰ ਆਈ ਵੀਰ ਉਹਨਾਂ ਲਈ ਵੀ ਬੜੀ ਖੁਸ਼ਖਬਰੀ ਹੋਗੀ ਕਿ ਯੂਨੋ ਨੇ ਐਤਕੀ ਸਿੱਧੇ ਤਰੀਕੇ ਨਾਲ ਇਹ ਟਕਰਾਹ ਖਤਮ ਕਰਨ ਲਈ ਆਪਣਾ ਡਿਸੀਜਨ ਲੈ ਲਿਆ ਕਿਉਂਕਿ ਯੂਨੋ ਕੋ ਬੜੀ ਵੱਡੀ ਪਾਵਰ ਹੁੰਦੀ ਹੈ ਔਰ ਉਹਨੇ ਰਾਸ਼ਟਰੀ ਕੌਂਸਲ ਇੰਟਰਨੈਸ਼ਨਲ ਕੌਂਸਲ ਨੇ ਆਪਣਾ ਡਿਸੀਜਨ ਇਹ ਦੇ ਦਿੱਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਫਾਇਰਿੰਗ ਲਈ ਹੁਣ ਦੇਵਾਂਗੇ ਔਰ ਇਹਨਾਂ ਦੋਵਾਂ ਦੇਸ਼ਾਂ ਨੂੰ ਬਣਾ ਵੀ ਲਿਆ ਔਰ ਉਹਨਾਂ ਦੇ ਵਿੱਚ ਇਹ ਹੈਗਾ ਕਿ ਜਿਹੜੇ ਹਮਾਸ ਨੇ ਉਹਨਾਂ ਨੇ ਇਹਨਾਂ ਨੇ ਕਿਹਾ ਕਿ ਫੌਰੀ ਤੌਰ ਤੇ ਜੇ ਹਮਲੇ ਕੀਤੇ ਆ ਉਹ ਵੀ ਬੰਦ ਕਰ ਦਿਓ ਉਹਨਾਂ ਦੇ ਜਿਹੜੇ ਗਰੁੱਪ ਨੇ ਜਥੇਬੰਦੀਆਂ ਉਹਨਾਂ ਨੂੰ ਬੁਲਾ ਲਿਆਨਾਂ ਨੇ ਗੱਲਬਾਤ ਚੱਲ ਗਈ ਹੈ ਜਿਸ ਤਰ੍ਹਾਂ ਤੁਸੀਂ ਅਕ ਜ਼ਿਕਰ ਕੀ ਦਿੱਤਾ ਕਿ ਹਸਪਤਾਲਾਂ ਦੇ ਵਿੱਚ ਬੰਬਰਮੈਂਟ ਹੋਈ ਆ ਜਿਹਦੇ ਵਿੱਚ ਮਰੀਜ਼ ਵਿਚਾਰੇ ਮਾਰੇ ਗਏ ਜਿਹਦੇ ਵਿੱਚ ਜਿਹੜੇ ਰੋਗੀ ਲੋਕ ਨੇ ਉਹ ਵੀ ਮਾਰੇ ਗਏ ਪਰ ਇਹਨਾਂ ਨੇ ਰਾਤ ਬਿਤਾਤੀ ਜਿੱਥੇ ਮੈਡੀਕਲ ਸਹੂਲਤਾਂ ਦਿੱਤੀਆਂ ਜਿੱਥੇ ਗੱਡੀਆਂ ਲਾਤੀਆਂ ਜਿੱਥੇ ਬਖਤਰਬੰਦ ਗੱਡੀਆਂ ਜਾ ਰਹੀਆਂ ਉਹਨਾਂ ਨੂੰ ਕਵਰ ਕਰਕੇ ਲਿਆ ਕੇ ਉਹਨਾਂ ਨੂੰ ਉਹ ਸੀਰੀਅਸ ਚ ਲਿਆ ਰਿਹਾ ਜਿੱਥੇ ਸ਼ਾਂਤੀ ਹੈ ਜਿੱਥੇ ਉਹਨਾਂ ਦਾ ਇਲਾਜ ਹੋ ਸਕਦਾ ਔਰ ਇਹ ਪੇਕੰਡ ਚੂਸੜੀ ਗੱਲ ਨਹੀਂ ਹੋ ਗਈ ਕਿ ਇਹਨੂੰ ਫੜੋ ਤੇ ਮਾਰੋ ਨਹੀਂ ਹੋਊਗੀ ਹੁਣ ਹੋਏ ਹੈਗਾ ਕਿ ਇਹਨਾਂ ਨੇ ਕਹੇ ਸ਼ਾਂਤੀ ਬਹਾਲ ਕਰਨ ਲਈ ਇਹਨਾਂ ਕੋ ਫੋਰਸ ਵੀ ਹੈਗੀ ਹੈ ਇਹਨਾਂ ਨੇ ਇਹ ਵੀ ਕਹਿ ਦਿੱਤਾ ਐਲਾਨ ਕਰ ਦਿੱਤਾ ਕਿ ਜੇ ਤੁਸੀਂ ਆਵਾਜ਼ ਨਹੀਂ ਆਓਗੇ ਜੇ ਤੁਸੀਂ ਬੰਬਾਰਡਮੈਂਟ ਤੋਂ ਆਵਾਜ਼ ਨਹੀਂ ਆਓਗੇ ਗੋਲੀ ਚਕਾ ਚਲਾਉਣ ਤੋਂ ਨਹੀਂ ਰੁਕੋਗੇ ਫਿਰ ਸਾਡੀ ਫੌਜ ਵੀ ਹੈਗੀ ਹੈ ਪੀਸਕੀਪਿੰਗ ਫੋਰਸਾਂ ਹੁੰਦੀਆਂ ਕਿ ਕਿਸੇ ਵੀ ਕੰਟਰੀ ਚੋਂ ਮਗਾ ਸਕਦੇ ਜਿਸ ਤਰ੍ਹਾਂ ਇੰਡੀਆ ਦੀ ਆਰਮੀ ਅਹ ਸ਼੍ਰੀਲੰਕਾ ਵਿੱਚ ਵੀ ਗਈ ਸੀ ਜਦੋਂ ਸ਼੍ਰੀਲੰਕਾ ਵਿੱਚ ਲੜਾਈ ਹੋਈ ਸੀਗੇ ਆਪਣੀ ਆਰਮੀ ਗਈ ਸੀ ਬੰਗਲਾਦੇਸ਼ ਦੇ ਵਿੱਚੋਂ ਸ਼ਰਨਾਰਥੀ ਇੱਥੇ ਆਏ ਸੀਗੇ 1971 'ਚ ਸਾਡੀ ਫੌਜ ਉੱਥੇ ਗਈ ਸੀ ਜਦੋਂ ਇੰਦਰਾ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਪਰ ਮੇਰਾ ਖਿਆਲ ਹੈ ਇਹ ਸਾਰੀ এনਵਾਇਰਨਮੈਂਟ ਜੋ ਕੁਚੋਰੀਆ ਯੂਐਨਏ ਦੇ ਕੰਟਰੋਲ ਕਰਕੇ ਕਾਬੂ ਕਰਕੇ ਚੰਗਾ ਪੈਗਾਮ ਦੇਗੇ ਬਿਲਕੁਲ ਠੀਕ ਹੈ ਕਿਉਂਕਿ UNO ਦੀ ਜਿਹੜੀ ਸਿਕਿਉਰਿਟੀ ਕੌਂਸਲ ਹੈ ਉਹਦੇ ਵਿੱਚ ਫਿਰ ਪੰਜ ਦੇਸ਼ਾਂ ਦੀ ਵੀਟੋ ਪਾਵਰ ਆ ਜਾਂਦੀ ਹੈ ਇੱਕ ਤਾਂ ਜਨਰਲ ਬਾਡੀ ਹੈ ਜਿੱਦੇ ਵਿੱਚ ਸਾਰੇ ਜਣੇ ਆਪਣੀ ਆਪਣੀ ਗੱਲ ਰੱਖਦੇ ਨੇ ਮਤਾ ਪਾਸ ਵੀ ਕਰ ਲੈਂਦੇ ਨੇ ਫਿਰ ਜਦੋਂ ਫੁੱਲ ਮਤਾ ਪਾਸ ਹੋਣਾ ਹੈ ਉਦੋਂ ਪੰਜ ਦੇਸ਼ਾਂ ਦੀ ਵੀਟੋ ਪਾਵਰ ਹੈ ਹੁਣ ਉਹਨਾਂ ਦੇ ਮਰਜ਼ੇ ਦੇ ਉੱਤੇ ਉਹਨਾਂ ਨੇ ਦੇਖਣਾ ਹੈ ਆਪਣੇ ਹਾਲਾਤ ਕੀ ਨੇ ਸਾਢੇ 2 ਵੱਲ ਕਿੱਦਾਂ ਮੋੜਨਾ ਹੈ ਉਸ ਗੇਮ ਨੂੰ ਆਪਣੇ ਵੱਲ ਕਿੱਦਾਂ ਲੈ ਕੇ ਆਉਣਾ ਹੈ ਕਿਉਂਕਿ ਉੱਥੇ ਉਹ ਗੇਮ ਚੇਂਜਰਸ ਬੈਠੇ ਨੇ ਪਰ ਹੁਣ ਸਹਿਮਤੀ ਆ ਗਈ ਹੈ 15 ਕੰਟਰੀ ਤੋਂ ਬਾਅਦ 12 ਕੰਟਰੀ ਰਲ ਗਿਆ ਤ ਉਹ ਵੀ ਉਹਨਾਂ ਨੂੰ ਰਲਣਾ ਪੈਣਾ ਕਿਉਂਕਿ ਮжоਰਿਟੀ ਬਹੁਮਤ ਉਸ ਪਾਸੇ ਹੈਗਾ ਜੰਗ ਬੰਦ ਕਰਾਉਣ ਲਈ ਬਿਲਕੁਲ ਸਹੀ ਗੱਲ ਹੈ ਇਹ ਕਾਮਨ ਕਾਜ਼ ਹੈ ਲੋਕਾਂ ਲਈ ਚੰਗੀ ਸਹੂਲਤ ਹੈ ਲੋਕ ਜਿਹੜੇ ਵੱਸਦੇ ਨੇ ਉਹ ਸਾਰੇ ਲੋਕ ਇਸ ਸਨੇਹ ਨੂੰ ਅੰਤਰਰਾਸ਼ਟਰੀ ਤੌਰ ਤੇ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਵੈਸੇ ਕਈ ਵਾਰ ਮੈਂ ਕਲਪਨਾ ਕਰਦਾ ਹੁੰਨਾ ਔਰ ਮੇਰੇ ਨਾਲ ਕਈ ਹੋਰ ਲੋਕ ਵੀ ਇਦਾਂ ਦੀ ਸੋਚ ਨਾਲ ਸਹਿਮਤ ਹੋਣਗੇ ਕਿ ਇੱਕ ਐਸੀ ਦੁਨੀਆ ਜਿਹਦੇ ਵਿੱਚ ਜੰਗਾਂ ਹੋਣ ਹੀ ਨਾ ਆਹ ਆਹ ਹਰ ਪਾਸੇ ਸ਼ਾਂਤੀ ਹੋਵੇ ਹਾਂ ਜਸਨਾਟਾਗੋਰ ਜੀ ਨੇ ਬੰਦਰਾ ਨਾਟਕ ਹੋਰ ਜਿੰਦੇ ਕਿ ਸ਼ਾਂਤੀ ਨਿਕੇਤਨ ਸਕੂਲ ਖੋਲਤਾ ਜਿੰਨੇ ਕਿ ਪੜਨ ਲਈ ਮਾਹੌਲ ਤਿਆਰ ਕਰੋ ਕਿਤਾਬਾਂ ਤੋਂ ਦੂਰ ਚਲੇ ਜਾਓ ਸ਼ਾਂਤੀ ਮਨ ਦੇ ਵਿੱਚ ਲਿਆਓ ਔਰ ਸੋਚ ਵਧੀਆ ਬਣਾ ਲਓ ਨੈਗੇਟਿਵਿਟੀ ਤੋਂ ਦੂਰ ਚੱਲ ਜਾਓ ਪੋਜ਼ਿਟਿਵਿਟੀ ਆਲਾਓ ਔਰ ਚੰਗਾ ਬਿਆਨ ਕਰੋ ਚੰਗਾ ਐਲਾਨ ਕਰੋ ਔਰ ਸਾਰੀ ਦੁਨੀਆ ਨਾਲ ਮਿਲਦੇ ਰਹੋ ਔਰ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਜਿਹੜੀ ਇਨਸਾਨ ਦੇ ਅੰਦਰ ਉਹ ਲੜਨ ਦੀ ਪ੍ਰਵਿਰਤੀ ਹੈ ਨਾ ਲੜਨ ਦੇ ਇੱਕ ਦੂਜੇ ਨਾਲ ਲੜੀ ਜਾਣਾ ਲੜੀ ਜਾਣਾ ਉਹ ਜਾਨਵਰਾਂ ਵਾਲੀ ਆਦਤ ਹੈ ਸਹੀ ਗੱਲ ਜਾਨਵਰ ਵੀ ਜੂਸ ਸਿੰਘ ਫਸਾਏ ਹੁੰਦੇ ਨੇ ਇੱਕ ਦੂਜੇ ਨਾਲ ਉਵੇਂ ਇਹ ਇਨਸਾਨ ਹੋ ਕੇ ਜਾਨਵਰਾਂ ਵਾਲੀਆਂ ਹਰਖਾ ਸਿੰਘ ਪੁਜਾ ਕੇ ਬਹਿ ਜਾਓ ਸਿੰਘ ਫਸਾਉਂਦੇ ਬਸ ਉਸ ਤੋਂ ਬਾਅਦ ਫਿਰ ਸ਼ਾਂਤੀ ਵਾਰਤਾ ਵਾਸਤੇ ਬਹਿ ਜਾਓ ਨੁਕਸਾਨ ਨੁਕਸਾਨ ਮਰਨ ਵਾਲੇ ਮਰ ਗਏ ਉਹ ਵਾਪਸ ਆਉਣੇ ਨਹੀਂ ਜਾਨਣਾ ਚਾਹੀਏ ਕਿ ਜਾਂ ਵਾਪਸ ਆਉਣੀਆਂ ਨਹੀਂ ਹੁਣ ਪਹਿਕੇ ਫਿਰ ਸ਼ਾਂਤੀ ਔਰ ਸ਼ਾਂਤੀ ਤੋਂ ਬਾਅਦ ਫਿਰ ਕਿਸੇ ਅਗਲੀ ਜੰਗ ਦੀ ਤਿਆਰੀ ਕਰਨੀ ਸ਼ੁਰੂ ਕਰਦੇ ਕਿਉਂਕਿ ਸੋਚ ਤਾਂ ਨਹੀਂ ਨਾ ਬਦਲੀ ਤੰਦ ਕਹਿੰਦੇ ਨੇ ਫਿਰ ਡੰਡਾ ਪੀਰ ਹੈ ਵਿਗੜੀਆਂ ਤਿਗੜੀਆਂ ਦਾ ਅਕਲ ਆਉਂਦੀ ਏ ਨੁਕਸਾਨ ਉਠਾ ਕੇ ਹੂੰ ਨੁਕਸਾਨ ਉਹ ਉਠਾਉਂਦਿਆ ਡੰਡੇ ਨਾਲ ਅਕਲ ਆਉਂਦੀ ਏ ਜੇ ਟੀਚਰ ਮਾਰਦਾ ਨਾ ਤਾਂ ਫਿਰ ਅਸੀਂ ਪੜਨ ਵਾਲੇ ਪਾਸੇ ਜਾਂਦੇ ਹਾਂ ਪੜਨ ਨਾ ਇੰਨਾ ਵਾਸਤੇ ਟੀਚਰ ਕਿੱਥੋਂ ਲਿਆਓ ਜਿਹੜਾ ਡੰਡਾ ਲੈ ਕੇ ਆਏ ਨੂੰ ਸਿੱਧਾ ਕਰਨ ਵਾਸਤੇ ਨਾਲ ਜਿੰਦਾ ਰਾਸਪੈਣੀ ਪਿੰਡੇ ਫਿਰ ਪਤਾ ਲੱਗਦਾ ਇੰਨਾ ਉੱਤੇ ਵੀ ਡੰਡਾ ਚਾਹੀਦਾ ਇੱਕ ਹਾਂ ਚਲੋ ਆਪਾਂ ਅੱਗੇ ਵਧੀਏ ਜੀ ਜੀ ਭਾਰਤ ਨੇ ਕਿਹਾ ਕਿ ਅਸੀਂ ਨਿਜ ਆ ਤੇ ਕੈਨੇਡਾ ਸਬੂਤ ਦਵੇ ਜੈ ਸ਼ੰਕਰ ਜੀ ਨੇ ਕਿਹਾ ਸਾਡੇ ਵਿਦੇਸ਼ ਮੰਤਰੀ ਜੀ ਨੇ ਤੇ ਸਬੂਤ ਦਿਓ ਅਸੀਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਕਿ ਜਿੱਤੇ ਕਿਹਾ ਜਾਂਦਾ ਟਰੂਡੋ ਸਾਹਿਬ ਦੋ ਵਾਰੀ ਕਹਿ ਚੁੱਕੇ ਨੇ ਆ ਕਿ ਇੰਡੀਅਨ ਏਜੰਸੀਜ਼ ਇਨਵੋਲਡ ਨੇ ਨਿਜਰ ਹੱਤਿਆਕਾਂਡ ਦੇ ਵਿੱਚ ਸੋ ਇਹਦੇ ਬਾਰੇ ਕੀ ਮਸਲਾ ਬਣਿਆ ਇਹ ਵੈਸੇ ਬੜੀ ਗੁੱਡ ਨਿਊਜ਼ ਆ ਕਿਉਂਕਿ ਟਕਰਾਅ ਬੜੀ ਦੇਰ ਤੋਂ ਚੱਲਦਾ ਹੈ ਦੋਹਾਂ ਦੇਸ਼ਾਂ ਦਾ ਪਰ ਜੈ ਸ਼ੰਕਰ ਜੀ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਉਹਨਾਂ ਵੀ ਕਹਿਤਾ ਔਰ ਟਰੂਡੋ ਸਾਹਿਬ ਨੇ ਉਹਦੋਂ ਕਹਿਤਾ ਸੀਗਾ ਕਿ ਜੇ ਬਿਆਨ ਲੈਣ ਦੀ ਜ਼ਰੂਰਤ ਆ ਜਾਂ ਜੋ ਕੁਝ ਵੀਡੀਓ ਦੀ ਜ਼ਰੂਰਤ ਆ ਸਾਡੇ ਕੋਲ ਮਾਈ ਹੈ ਅਸੀਂ ਇਹ ਕਾ ਆਲਰੇਡੀ ਦੇ ਚੁੱਕੇ ਆ ਉਹਨੂੰ ਦੁਬਾਰਾ ਅਸੀਂ ਰਿਪੀਟ ਕਰਕੇ ਭੇਜ ਸਕਦੇ ਆ ਔਰ ਅਟਾਵਾ ਤੋਂ ਟੂਡੋਰ ਸਾਹਿਬ ਨੇ ਬਿਆਨ ਕੀਤਾ ਸੀਗਾ ਇਸ ਬਿਆਨ ਦਾ ਜਵਾਬ ਇਹਨਾਂ ਦਿੱਤਾ ਕਿ ਬਿਆਨਾਂ ਸਮਝੌਤੇ ਦੀ ਕੋਈ ਲੰਘਣਾ ਨਹੀਂ ਕੀਤੀ ਅਸੀਂ ਜੋ ਵੀ ਅਸੀਂ ਕੀਤਾ ਜਿੰਨੀ ਕਿ ਨਫਰੀ ਚਾਹੀਦੀ ਸੀ ਜਿੰਨੀ ਸਟਰੈਂਥ ਉਹਨਾਂ ਦੀ ਆ ਗਈ ਸੀ ਅਸੀਂ ਉਹ ਨਹੀਂ ਰੱਖ ਲਈਏ ਦੂਜੀ ਉਹਨਾਂ ਨੂੰ ਵਾਪਸ ਕਰ ਦਿੱਤੀ ਆ ਉਹ ਆਇਆ ਸਿੰਗਾਪੁਰ ਗਏ ਨੇ ਔਰ ਉਹ ਕੁਝ ਫਰਾਂਸ ਸੇ ਗਏ ਨੇ ਉਹਨਾਂ ਦੇ ਪਰਿਵਾਰ ਸਮੇਤ ਵੀ ਇਸੇ ਰਹਿੰਦੇ ਸੀਗੇ ਪਰ ਉਹਦੇ ਚ ਹੁਣ ਜੋ ਜੈ ਸ਼ੰਕਰ ਜੀ ਨੇ ਕਹਿਤਾ ਕਿ ਅਸੀਂ ਇਮੀਗ੍ਰੇਸ਼ਨ ਦੇ ਨਾਲ ਵੀ ਸਮਝਾਤੇ ਨਾਲ ਰਵਾਂਗੇ ਔਰ ਉਹਦੇ ਵਿੱਚ ਜਿਹੜੇ ਸਟੂਡੈਂਟ ਸਾਡੇ ਜਾ ਰਹੇ ਨੇ ਬਾਹਰ ਪੜ੍ਹਨ ਲਈ ਸਟੱਡੀ ਵੀਜ਼ੇ ਦੇ ਨਾਲ ਜਾ ਰਹੇ ਨੇ ਉਹਨਾਂ ਲਈ ਵੀ ਅਸੀਂ ਜਿਹੜੀ ਕੈਟਾਗਰੀ ਬਣਾਤੀ ਉਹਨਾਂ ਨੂੰ ਅਸੀਂ ਫਾਲੋ ਕਰਾਂਗੇ ਔਰ ਦੂਜੀ ਗੱਲ ਇਹ ਰਹਿ ਗਈ ਕਿ ਜਿਹੜਾ ਸਬੂਤ ਮਿਲ ਗਿਆ ਸਬੂਤ ਵੀ ਇੱਕ ਐਲਾਨਨਾਮਾ ਹੁੰਦਾ ਸਬੂਤ ਇਹਨਾਂ ਨੂੰ ਪਤਾ ਹੀ ਹੈ ਵੈਸੇ ਅੰਦਰ ਖਾਤੇ ਨੂੰ ਪਤਾ ਹੀ ਹੈ ਕਿ ਜਿਹੜੇ ਹਰਦੀਪ ਨੱਜਰ ਜੀ ਉਹਨਾਂ ਨੂੰ ਕਿਨੇ ਮਾਰਿਆ ਔਰ ਤੋਂ ਬਾਅਦ ਵੀ ਕਤਲ ਬਾਅਦ ਹੋਇਆ ਇਹ ਤਾਂ ਰੁਕਣਾ ਨਹੀਂ ਮਾਮਲਾ ਚੱਲਦਾ ਰਹਿਦਾਗਾ ਕਿਉਂਕਿ ਜਿਹੜੇ ਇਥੋਂ ਭਗੌੜੇ ਜਾਂਦੇ ਆ ਜਿਹੜੇ ਡਿਕਲੇਅਰ ਕੀਤੇ ਭਗੌੜੇ ਹੁੰਦੇ ਆ ਉਹ ਜਦੋਂ ਨਿਕਲ ਜਾਂਦੇ ਉੱਥੇ ਉਹਨਾਂ ਕੋਈ ਨਾ ਕੋਈ ਸਬੋਟੇਜ ਕਰਨਾ ਤੋੜਪੰਨ ਕਰਨੀ ਆ ਔਰ ਫਿਰ ਵੀ ਉਹ ਧਰਤੀ ਅੱਛੀ ਆ ਜਿਹੜੇ ਉਹਨਾਂ ਨੂੰ ਐਕਸੈਪਟ ਕਰ ਲੈਂਦੇ ਆ ਜਾਂਦੇ ਆ ਜਿਸ ਚ ਉਹਨਾਂ ਨੂੰ ਉਹ ਮਿਲ ਜਾਂਦੀ ਹੈ ਰਾਜਨੀਤਿਕ ਸ਼ਰਨ ਮਿਲ ਜਾਂਦੀ ਹੈ ਪਰ ਉਹਦੇ ਵਿੱਚ ਵੀ ਕਈ ਜਥੇਬੰਦੀਆਂ ਉੱਥੋਂ ਆਪਣੀਆਂ ਵੀ ਉਤਾਂ ਬਣਾਉਂਦਾ ਰਹਿੰਦੀਆਂ ਬਹੁਤ ਕੁਝ ਹੁੰਦਾ ਜਦੋਂਕ ਅ ਇਹ ਪਹਿਲਾਂ ਵੀ ਇੱਕ ਵਾਰੀ ਰੌਲਾ ਪਿਆ ਸੀਗਾ ਜਿਹਦੇ ਵਿੱਚ 1984 ਦੇ ਗਿਆਂ ਚ ਉਦੋਂ ਵੀ ਇਹ এনवायरमेंट ऑयल ਜਿਹੜੇ ਇੰਡੀਆ ਤੋਂ ਗਏ ਸੀ ਪੰਜਾਬ ਤੋਂ ਖਾਸ ਕਰਕੇ ਉਹ ਵੀ ਉੱਥੇ ਬਹਿ ਗਏ ਸੀਗੇ ਆਪਣੇ ਗਰੁੱਪ ਬਣਾ ਕੇ ਹੁਣ ਵੀ ਇੱਕ ਥੋੜੀ ਥੋੜੀ ਵਿਵੰਤਾ ਬਣ ਰਹੀ ਹੈ ਪਰ ਉੱਥੇ ਸ਼ੀਤੀ ਕੰਟਰੋਲ ਹੋ ਰਿਹਾ ਕਿਉਂਕਿ ਟੋਡਰ ਸਾਹਿਬ ਵੀ ਬੜੇ ਅੱਛੇ ਜਿਹੜੇ ਨੇਤਾ ਨੇ ਔਰ ਉਦੋਂ ਬਾਅਦ ਜੈਸ਼ੰਕਰ ਜੀ ਨੇ ਮੋਦੀ ਸਾਹਿਬ ਦਾ ਵੀ ਇਹਨਾਂ ਨਾਲ ਬਹੁਤ ਮੇਲ ਮਲਾਪ ਹੈਗਾ ਤੀਜੀ ਗੱਲ ਹੈਗੀ ਹੈ ਇਲੈਕਸ਼ਨ ਆਉਣ ਵਾਲੀ ਹੈ ਇਸ ਲਈ ਇਹਨਾਂ ਨੇ ਕੋਈ ਟਕਰਾਅ ਨਹੀਂ ਕਰਨਾ ਇਹਨਾਂ ਨੇ ਸ਼ਾਂਤੀ ਵਾਲੇ ਪਾਸੇ ਆ ਜਾਣਾ ਕਿਉਂਕਿ ਕੋਈ ਲੜਾਈ ਹੈ ਨਹੀਂ ਇਦ ਵਿੱਚ ਇੱਕ ਨੀਤੀ ਹੈ ਨੀਤੀ ਨੂੰ ਥੋੜਾ ਜਿਹਾ ਇਧਰ ਉਧਰ ਕਰਕੇ ਤੇ ਉਹਦੇ ਤੇ ਜਿਹੜਾ ਬਰਾਬਰਤਾ ਲੈ ਆਉਣਗੇ ਔਰ ਇਸੇ ਕੱਲ ਦੀ ਜਿਹੜੀ ਆ ਇਹਨਾਂ ਦਾ ਹੁਣੇ ਬਿਆਨ ਜਿਹੜਾ ਹੈਗਾ ਇਹ ਇਹ ਸ਼ਾਂਤੀ ਬਹਾਲ ਕਰੂਗਾ ਕੈਨੇਡਾ ਲਈ ਵੀ ਤੇ ਆਂਡੀਆਂ ਲਈ ਵੀ ਕਿਉਂਕਿ ਸਾਡੇ ਬੱਚੇ ਜਾ ਰਹੇ ਆ ਹੁਣ ਅਗਲਾ ਜਿਹੜਾ ਨਵੰਬਰ ਆ ਨਵੰਬਰ ਦੇ ਵਿੱਚ ਵੀ ਇੱਕ ਸੈਸ਼ਨ ਜਾਂਦਾ ਫਿਰ ਇਹਨਾਂ ਬਾਅਦ ਇੱਕ ਆ ਜਾਂਦਾ ਮਈ ਦਾ ਇਹ ਹਰ ਸੈਸ਼ਨ ਦੇ ਵਿੱਚ ਕੁਆਰਟਰਲੀ ਸੈਸ਼ਨ ਜਾਂਦੇ ਆ ਔਰ ਉਹਦੇ ਵਿੱਚ এডਿਕੇਸ਼ਨ ਲਈ ਜਾ ਰਹੇ ਬੱਚੇ ਪੜ੍ਹਦੇ ਆ ਗਿਆ ਮਾਪਿਆਂ ਦਾ ਪੈਸਾ ਵੀ ਇਸ ਤਰ੍ਹਾਂ ਉੱਥੇ ਖਰਾਬ ਹੁੰਦਾ ਫਿਰ ਬੱਚੇ ਜਿਹੜੇ ਉੱਥੇ ਰਹਿਣ ਦੀ ਵੀ ਮੁਸ਼ਕਲ ਹੁੰਦੀ ਹੈ ਪਰ ਅਜੇ ਤੱਕ ਕੈਨੇਡਾ ਗਵਰਨਮੈਂਟ ਨੇ ਇਸ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ ਕਿ ਬੱਚਿਆਂ ਲਈ ਸਟੂਡੈਂਟਸ ਲਈ ਜਿਹੜੇ ਐਨ ਆਰ ਆਈ ਨੇ ਉਹਨਾਂ ਦੀ ਕੁਝ ਕੀਤਾ ਜਾਵੇ ਉਦੇ ਟਕਰਾਅ ਵਿੱਚ ਅਸੀਂ ਇੰਡੀਆ ਨੇ ਅਜੇ ਕੋਈ ਇੱਕ ਫੈਸਲਾ ਗਲਤ ਲਿਆ ਸੀ ਜਿਹਦੇ ਲਈ ਚਨਨ ਨੇ ਕਹਤਾ ਕਿ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਉੱਥੇ ਪ੍ਰਵਾਸੀ ਭਾਰਤੀ ਨੇ ਕੈਨੇਡਾ 'ਚ ਬੈਠੇ ਉਹ ਬੈਨ ਕਰ ਦਿੱਤਾ ਕਿ ਉਹਨਾਂ ਦੀ ਨੋ ਐਂਟਰੀ ਇਨ ਇੰਡੀਆ ਉਹਨਾਂ ਨੇ ਰੋਕ ਲਾਈ ਸੀਗਾ ਕੈਨੇਡਾ ਵੱਲੋਂ ਕੋਈ ਇਹ ਗੱਲ ਨਹੀਂ ਹੋਈ ਸਾਡੇ ਜਿੰਨੇ ਸੂਝਵਾਨ ਨੇ ਉਹ ਕੱਲ ਕਹਿ ਰਿਹਾ ਕਿ ਇਹਦੇ ਵਿੱਚ ਇੰਡੀਆ ਦੀ ਪੈਰਵਾਈ ਕੁਝ ਹਾਲਤ ਤੱਕ ਗਲਤ ਰਹੀ ਹਾਂ ਬਿਲਕੁਲ ਜੀ ਪਹਿਰਵਾਈ ਗਲਤ ਲਈ ਹੈ ਹਾਲਾਂਕਿ ਆਸਟ੍ਰੇਲੀਆ ਨੇ ਵੀ ਸਬੂਤ ਦਿੱਤੇ ਕਿ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਕਿਦਾਂ ਘੇਰ ਕੇ ਉਹਨਾਂ ਨੇ ਹੱਤਿਆ ਕੀਤੀ ਗਈ ਹੈ ਵੀ ਸਾਹਮਣੇ ਆਈ ਹੈ ਖੈਰ ਹੁਣ ਦੇਖੋ ਕਿਦਾਂ ਇਹ ਸਭ ਮਾਮਲੇ ਨੂੰ ਘੋਖਿਆ ਜਾਂਦਾ ਹੈ ਉਹਦੇ ਵਿੱਚੋਂ ਕੀ ਸਬੂਤ ਨਿਕਲ ਕੇ ਸਾਹਮਣੇ ਆਉਂਦੇ ਨੇ ਇਹ ਤਵਣ ਵਾਲਾ ਵਕਤ ਦੱਸੇਗਾ ਪਰ ਇਹ ਜਾਂਚ ਹੋ ਜਾਣੀ ਚਾਹੀਦੀ ਹੈ ਕਿ ਕੈਨੇਡਾ ਔਰ ਇੰਡੀਆ ਦੇ ਜਿਹੜੇ ਰਿਸ਼ਤੇ ਨੇ ਸੁਖਾਵੇਂ ਮੋੜ ਤੋਂ ਹੋ ਜਾਣ ਕੈਨੇਡਾ ਨੇ ਕਹਤਾ ਕਿ ਜੇ ਤੁਹਾਡਾ ਸਹਿਯੋਗ ਸਾਡੇ ਨਾਲ ਦਾ ਅਸੀਂ ਤੁਹਾਡੇ ਨਾਲ ਹੈਗਾ ਇਕੱਠੇ ਮਿਲ ਕੇ ਕਰ ਲੈਨੇਗਾ ਬਿਲਕੁਲ ਸਹੀ ਗੱਲ ਹੈ ਜੀ ਜੀ ਹੁਣ ਸਹਿਯੋਗ ਦੀ ਗੱਲ ਆਪਾਂ ਅੱਗੇ ਵਧਾਉਨੇ ਆ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਸਿਰ ਆਪਣੀ ਧਰਤੀ ਤੇ ਆਓ ਬਹੁਤ ਵਧੀਆ ਗੱਲ ਹੈ ਜੀ ਐਨ ਤੁਹਾਨੂੰ ਸੋ ਪੰਜਾਬ ਸਰਕਾਰ ਦੇ ਜਿਹੜੇ ਬਿੱਲ ਨੇ ਉਹ ਰਾਜਪਾਲ ਸਾਹਿਬ ਨੇ ਮਨਜ਼ੂਰੀ ਦਿੱਤੀ ਹੈ ਜਿਹੜਾ ਇੱਕ ਸ਼ਰਤ ਅਰ ਉੱਤੇ ਦਾ ਸੈਸ਼ਨ ਵੀ ਹੋਣਾ ਹੈ ਹੁਣ ਆ ਸੋ ਇਹ ਬਿਲਾ ਨੂੰ ਟਕਰਾਅ ਤੋਂ ਬਾਅਦ ਮਨਜ਼ੂਰੀ ਮ ਔਰ ਕਹਿੰਦੇ ਨੇ ਕਿ ਜਿਹੜੇ ਵੀ ਸੈਸ਼ਨ ਹੋਣ ਉਹਦੇ ਜਿਹੜੇ ਬਿੱਲ ਹੋਣ ਜੇ ਮਨਜ਼ੂਰੀਆਂ ਮਿਲਦੀਆਂ ਰਹਿਣ ਤਾਂ ਪੰਜਾਬ ਤਰੱਕੀ ਦੇ ਰਾਹ ਤੇ ਫਿਰ ਕੁਝ ਹੋਰ ਤਰੱਕੀ ਹਾਸਲ ਕਰ ਸਕਵੇ। ਯਾ ਇਹ ਗੱਲ ਆ ਯਾ ਕਿ ਅੱਜ ਜਿੰਨੇ ਵੀ ਤੁਸੀਂ ਆ ਮੁੱਦੇ ਲਏ ਆ ਜਿੰਨੇ ਵੀ ਆ ਆਮ ਰਤਬਾ ਮਿਨਿਸਟਰ ਜਾਂ ਉਹਨਾਂ ਨੇ ਗੱਲਾਂ ਦੇ ਡਿਸੀਜਨ ਲਏ ਆ ਉਹ ਵਧੀਆ ਰਹਿ ਆ ਕਿਉਂਕਿ ਉਹਦੇ ਵਿੱਚ ਜਿਹੜੀ ਗੱਲ ਹੈਗੀ ਆ ਸ਼ਾਂਤੀ ਬਹਾਲ ਕਰਾਉਣ ਦੀ ਟਕਰਾਹ ਬੰਦ ਕਰਨ ਦੀ ਔਰ ਜੰਗਬੰਦੀ ਰੋਕਣ ਦੇ ਜਿਹੜੇ ਸੁਝਾਅ ਦਿੱਤੇ ਗਏ ਇਹ ਵੀ ਜੰਗਬੰਦੀ ਹੈ ਜਿਹੜੀ ਇਹ ਵੀ ਟਕਰਾਹ ਸੀਗਾ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਮਾਨ ਜੀ ਜਿਹੜੀ ਸਰਕਾਰ ਆ ਉਹਨਾਂ ਦਾ ਤੇ ਆਪਣੇ ਜਿਹੜੇ ਗਵਰਨਰ ਸਾਹਿਬ ਨੇ ਗਵਰਨਰ ਸਾਹਿਬ ਨੇ ਇਹਨਾਂ ਦੇ ਕਈ ਜਿਹੜੇ ਅਜਲਾਸ ਹੋ ਰੋਕੇ ਔਰ ਕਈ ਬਿੱਲ ਰੋਕੇ ਉਹਨਾਂ ਨੂੰ ਅਪਰੂਵਲ ਨਹੀਂ ਦਿੱਤੀ ਉਹਨਾਂ ਤੇ ਮੇ ਨਾਟ ਬੀ ਅਪਰੂਵਲ ਲਿਖ ਕੇ ਤੇ ਭੇਜ ਦਿੱਤਾ ਗਿਆ ਔਰ ਉਹ ਹੁਣ ਜਦੋਂ ਇਹ ਸਬਮਿਟ ਕਰਦੇ ਨੇ ਬਿੱਲ ਉਹ ਬਿੱਲਾਂ ਨੂੰ ਇਹਨਾਂ ਨੇ ਵਾਪਸ ਕਰਦਾ ਰਿਹਾ ਫਿਰ ਉਹ ਹਾਰ ਹੰਮ ਕੇ ਉਹਨਾਂ ਦਰਵਾਜਾ ਖੜਕਾਇਆ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਨੇ ਫਿਰ ਹਦਾਇਤਾਂ ਦਿੱਤੀਆਂ ਇਹਨਾਂ ਨੂੰ ਗਵਰਨਰ ਸਾਹਿਬ ਨੂੰ ਕਿ ਤੁਸੀਂ ਇਸ ਗੱਲ ਨੂੰ ਇਸ ਨੂੰ ਇਸ ਪਾਸੇ ਨਾ ਆਓ ਤੁਸੀਂ ਟਕਰਾਵ ਵਾਲੇ ਪਾਸੇ ਜਾਓ ਇਹ ਲੋਕਾਂ ਦੇ ਬਿੱਲ ਨੇ ਪਬਲਿਕ ਦੇ ਬਿੱਲ ਹੈ ਉਹਨਾਂ ਦੀ ਸਹੂਲਤਾਂ ਦੇ ਬਿੱਲ ਹੈ ਇਹਨਾਂ ਨੂੰ ਕਿਉਂ ਰੋਕਦੇ ਹੋ ਔਰ ਮਨੀ ਬਿੱਲ ਤਾਂ ਤੁਸੀਂ ਰੋਕ ਨਹੀਂ ਸਕਦੇ ਔਰ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਨਹੀਂ ਸਾਨੂੰ ਦਖਲਅੰਦਾਜ਼ੀ ਨਾ ਕਰਨੀ ਪਵੇ ਤੁਸੀਂ ਆਪਣੀ ਥੋੜੀ ਜੀ ਇਨਟਰਸਪੈਕਸ਼ਨ ਕਰੋ ਅੰਦਰ ਚਾਤੀ ਮਾਰੋ ਜਿਸ ਪਾਸੇ ਆਜੋ ਪੰਜਾਬ ਤੁਹਾਡਾ ਵਾ ਸਾਡੇ ਲੋਕਾਂ ਦਾ ਪੰਜਾਬ ਹੈ ਔਰ ਅੱਗੇ ਪੰਜਾਬ ਕਈ ਮਸਲਿਆਂ ਨਾਲ ਜੂਝ ਰਿਹਾ ਹੈਗਾ ਉੱਤੇ ਅਜੇ ਤੱਕ ਜਿਹੜੀ ਆ ਆਪਣਾ ਨਸ਼ਾ ਨੂੰ ਰੋਕਣ ਦੀ ਕੋਈ ਇਸ ਤਰ੍ਹਾਂ ਦੀ ਮਹਿੰਮ ਜਾਂ ਖਾਸ ਤੌਰ ਤੇ ਕੋਈ ਕਾਬੂ ਨਹੀਂ ਕੰਟਰੋਲ ਨਹੀਂ ਹੋ ਸਕਿਆ ਔਰ ਹੁਣ ਇਹਨਾਂ ਨੇ ਇਹ ਸਾਰੇ ਬਿੱਲਾਂ ਤੇ ਮਨਜ਼ੂਰੀ ਦਿੱਤੀ ਹੈ ਦੋ ਤਿੰਨ ਬਿੱਲੇ ਜੇ ਪੈਂਡਿੰਗ ਹੈਗੇ ਆ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਰਦਰੋ ਦਾ ਸਮਾਗਮ ਵੀ ਆ ਰਿਹਾ ਉਹਦੇ ਵਿੱਚ ਵੀ ਬਹੁਤ ਅਹਿਮ ਫੈਸਲੇ ਹੋਣੇ ਆ ਬਜਟ ਵੀ ਆਉਣਾ ਔਰ ਬਜਟ ਬਾਰੇ ਵੀ ਗੱਲਬਾਤ ਹੋਣੀ ਆ ਔਰ ਇੱਕ ਵਾਰੀ ਇਹਨਾਂ ਦੇ ਜਿਹੜੇ ਸਪੀਕਰ ਨੇ ਉਹਨੇ ਇੱਕ ਵਾਰੀ ਆਪਣੇ ਆਪ ਹੀ ਬੁਲਾ ਲਿਆ ਸੀਗਾ ਇਹ ਸਮਾਗਮ ਉਹਨਾਂ ਨੇ ਇਹਨਾਂ ਨੂੰ ਕਹਿਤਾ ਸੀਗਾ ਕਿ ਇਹ ਇਲੈਗਲ ਹੈਗਾ ਪਰ ਸੁਪਰੀਮ ਕੋਰਟ ਨੇ ਕਹਿਤਾ ਕਿ ਜਿਹੜੇ ਵੀ ਇਹਨਾਂ ਦੇ ਸਮਾਗਮ ਹੋਏ ਆ ਉਹਦੇ ਵਿੱਚ ਕੋਈ ਵੀ ਇਲੈਗਲ ਨਹੀਂ ਕੋਈ ਗੈਰਕਾਨੂੰਨੀ ਨਹੀਂ ਹੈਗਾ ਜੋ ਵੀ ਕਰ ਰਹੇ ਆ ਠੀਕ ਹੈਗਾ ਉਹਦੇ ਜੋ ਕਾਨੂੰਨ ਪਾਸ ਹੋਇਆ ਉਹਨਾਂ ਦੀ ਅਪਰੂਵਲ ਤੁਹਾਨੂੰ ਦੇਣੀ ਬਣਦੀ ਹੈ ਉਹਨੂੰ ਡਿਲੇ ਕਰ ਸਕਦੇ ਜੇ ਉੱਤੇ ਸੋਚ ਵਿਚਾਰ ਕਰ ਸਕਦੇ ਜੇ ਪਰ ਇਹਦੇ ਵਿੱਚ ਕਈ ਤੇ ਪੈਨਸ਼ਨਾਂ ਦੇ ਰੌਲਾ ਪਿਆ ਪੇਲੋ ਫਿਰ ਵਾਈਸ ਚਾਂਸਲਰ ਜਿਹੜੇ ਨੇ ਯੂਨੀਵਰਸਿਟੀਆਂ ਦੇ ਉਹਨਾਂ ਦੀ ਅਪੁਆਇੰਟਮੈਂਟ ਤੇ ਪਿਆ ਉਸ ਤੋਂ ਬਾਅਦ ਆਫਟਰ ਆ ਇਹਨਾਂ ਨੇ ਅਪਰੂਵਲ ਦੇਣੀ ਸੀ ਫਿਰ ਹਾਰ ਹੰਮ ਕੇ ਭਗਵੰਤ ਮਾਨ ਚਾਂਸਲਰ ਹੀ ਬਣ ਗਿਆ ਆਪ ਹੀ ਸਾਰੀਆਂ ਯੂਨੀਵਰਸਿਟੀਆਂ ਦੇ ਜਦੋਂ ਕਿ ਗਵਰਨਰ ਹੁੰਦਾ ਹੈ ਨਾ ਉਹਨਾਂ ਨੇ ਇਸ ਕਰਕੇ ਕਿਹਾ ਡਿਸੀਜਨ ਪਿਆ ਇਹ ਤਾਂ ਗਲਤ ਕੰਮ ਹੋ ਰਿਹਾ ਤੇ ਸਾਰੀਆਂ ਯੂਨੀਵਰਸਿਟੀਆਂ ਦੇ ਕੰਮ ਰੁਕੇ ਪਏ ਪੀਯੂ ਦਾ ਵੀ ਔਰ ਬਾਬਾ ਫਰੀਦ ਸੈਂਸਰ ਯੂਨੀਵਰਸਿਟੀ ਦਾ ਵੀ ਇਸ ਨਾਲ ਦੀ ਸਾਰੀ ਯੂਨੀਵਰਸਿਟੀ ਦੇ ਰੌਲੇ ਪਏ ਪਰ ਪਾਲਾ ਕੇ ਹੁਣ ਜਿਹੜਾ ਨਾ ਸਾਰਾ ਕੰਮ ਅ ਵਧੀਆ ਸੂਤ ਹੋ ਰਿਹਾ ਚਲੋ ਵਧੀਆ ਟਕਰਾਵ ਨਹੀਂ ਹੋਣਾ ਚਾਹੀਦਾ ਟਕਰਾਵ ਕਿਸੇ ਵੀ ਮੁਸੀਬਤ ਦਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਹਾਂ ਨਾ ਜੀ ਹੁਣ ਆਪਾਂ ਅੱਗੇ ਵਧੀਏ ਜੀ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਵੀ ਜਾ ਕੇ ਗਵਰਨਰ ਸਾਹਿਬ ਨੂੰ ਕੁਝ ਖਾਸ ਮੁੱਦਿਆਂ ਤੇ ਮਿਲਦਾ ਹੁਣੇ ਮੁੱਦੇ ਕਿਹੜੇ ਨੇ ਹਾਂ ਇਹ ਤਾਂ ਉਤੇ ਮੁਲਾਕਾਤ ਹੋ ਰਹੀ ਹੈ ਹਾਂ ਇਹ ਮੁੱਦੇ ਤਾਂ ਕੋਈ ਬਹੁਤ ਹੀ ਸੰਗੀਨ ਨੇ ਕਿ ਇੱਕ ਤਾਂ ਜਿਹੜੇ ਜਿੰਨੇ ਵੀ ਅਸਲੀ ਗ੍ਰਿਫਤਾਰ ਹੋਏ ਸੀ ਆ ਦੇ ਦੇ ਵਿੱਚ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਇਥੋਂ ਦੇ ਪੰਜਾਬ ਦੇ ਬਹੁਤ ਨੇ ਜਿਹੜੇ ਉਹਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਬੰਦ ਨੇ ਬੰਦੀ ਸੇਜ ਵਿੱਚ ਰਾਜਵਾਨਾ ਸਾਹਿਬ ਵੀ ਨੇ ਔਰ ਹਾਵਰਾ ਜੀ ਔਰ ਨਾਲ ਬੈਠੇ ਹੋਰ ਵੀ ਨੇ ਜਗਤਾਰ ਹਾਵਰਾ ਔਰ ਉਹਦੇ ਵਿੱਚ ਇਹਨਾਂ ਨੇ 26 ਲੱਖ ਲੋਕਾਂ ਦੇ ਸਾਈਨ ਕਰਵਾ ਕੇ ਐਸਡੀਪੀਸੀ ਜਿਹੜੀ ਧਾਰਮਿਕ ਸੰਸਥਾ ਉਹਨਾਂ ਨੇ ਦਿੱਤੇ ਸੀ ਸੈਂਟਰ ਨੂੰ ਔਰ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਅਣ ਸੁਣੀ ਕਰ ਦਿੱਤੀ ਗੱਲ ਉਤੇ ਕੋਈ ਗੱਲ ਨਹੀਂ ਹੋਈ ਫਿਰ ਦੁਬਾਰਾ ਇਹਨਾਂ ਨੇ ਕਰ ਦਿੱਤਾ ਕਿ ਜਿਹੜੇ ਵੀ ਜਿਨ੍ਹਾਂ ਦੀਆਂ ਅਪੀਲਾਂ ਗਈਆਂ ਸੀ ਆ ਐਸਜੀਪੀਸੀ ਨੇ ਉਹ ਚ ਪਰਵਾਹੀ ਕੀਤੀ ਸੀ ਜਿੱਦਾ ਜਿਹਦੇ ਵਿੱਚ ਰਾਜੋਨ ਸਾਹਿਬ ਸੀ ਅਪੀਲ ਸੀਗੀ ਉਹਨਾਂ ਦੀ ਫਾਂਸੀ ਤੋਂ ਜਿਹੜੀ ਸੀ ਉਹਨਾਂ ਨੂੰ ਉਮਰ ਕੈਦ ਵੱਲ ਨੂੰ ਤੇ ਉਹਦੇ ਵਿੱਚ ਰਾਸ਼ਟਰਪਤੀ ਜਿਹੜੇ ਨੇ ਉਹ ਉਹਨੂੰ ਕਰਦੇ ਆ ਅਪੀਲ ਨੂੰ ਪਾਸ ਉਹ ਵੀ ਅਜੇ ਤੱਕ 12 ਸਾਲ ਹੋ ਗਿਆ ਉਹ ਇਹਦੇ ਵੀ ਕਿਸੇ ਪਾਸੇ ਨਹੀਂ ਲੱਗੀ ਔਰ 1995 ਚ ਡਿਸੀਜਨ ਹੋ ਗਿਆ ਸੀ ਕਿ ਉਹਨੂੰ ਫਾਂਸੀ ਦਿੱਤੀ ਜਾਵੇ ਔਰ ਇਹ ਮਰਹੂਮ ਸਰਦਾਰ ਬੈਂਦ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਉਹਨਾਂ ਦੇ ਕਤਲकांड ਦੀ ਇਨਵਾਰਮੈਂਟ ਇਹਨਾਂ ਦੀ ਦਰਸਾਈ ਗਈ ਹੈ ਔਰ ਇਹਨਾਂ ਦੇ ਵਿੱਚ ਗਵਾਹੀਆਂ ਵੀ ਪੁਕਤੀਆਂ ਬੜਾ ਕੁਛ ਹੈ ਪਰ ਇਹਨਾਂ ਦੇ ਨਾਲ ਦੇ ਗਰੁੱਪ ਦੇ ਕਈ ਜਿਹੜੇ ਵੀ ਗ੍ਰਿਫਤਾਰ ਹੋਏ ਸੀਗੇ ਸਖਸ਼ ਜਾਂ ਉਹ ਉਹਨਾਂ ਨੂੰ ਜਿਹੜੀ ਰਾਤ ਮਿਲ ਗਈ ਉਹ ਫਿਰ ਕਈ ਗ੍ਰਿਫਤਾਰੀ ਉਹਨਾਂ ਦੀ ਸਸਪੈਂਡ ਵੀ ਕਰ ਦਿੱਤੀ ਗਈ ਔਰ ਉਹਨਾਂ ਨੂੰ ਇਹ ਸਹੂਲਤ ਦਿੱਤੀ ਗਈ ਕਿ ਉਹਨਾਂ ਨੂੰ ਪੈਰੋਲ ਤੇ ਵੀ ਬਾਹਰ ਆਏ ਔਰ ਉਹਨਾਂ ਨੂੰ ਬਾਅਦ ਵਿੱਚ ਸਜ਼ਾ ਵੀ ਮਾਫ ਹੋ ਗਈ ਤੇ ਇਹ ਅਜੇ ਉਸੇ ਤਰ੍ਹਾਂ ਦਾ ਲਟਕਦਾ ਮਾਮਲਾ ਸੀ ਬਲਕਾਰ ਜੀ ਜਿਹੜੇ ਕਈ ਲੋਕ ਨੇ ਜੋ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਰਿਹਾਈ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੁਰ ਤੋਂ ਬਾਹਰ ਆ ਕੇ ਫਿਰ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਸਿਰਜਣ ਦੀ ਗੱਲ ਨਾ ਕਰਨ ਹੂੰ ਇਦਾਂ ਦਾ ਕੋਈ ਕੰਮ ਨਾ ਕਰਨ ਕਿਉਂਕਿ ਉਧਰੋਂ ਕੈਨੇਡਾ ਤੋਂ ਵੀ ਸਪੋਰਟ ਹੁੰਦੀ ਹੈ ਉੱਥੋਂ ਵੀ ਕਈ ਬੈਠੇ ਹੋਏ ਨੇ ਜੋ ਇਸ ਲਹਿਰ ਦੇ ਪੱਖ ਦੇ ਵਿੱਚ ਨੇ ਔਰ ਕਈ ਅਮਰੀਕਾ ਦੇ ਵਿੱਚ ਵੀ ਬੈਠੇ ਨੇ ਔਰ ਥਾਂ ਥਾਂ ਤੇ ਬੈਠਣੇ ਇਸ ਗੱਲ 'ਚ ਕਿੰਨੀ ਕਿ ਸੱਚਾਈ ਹੈ ਕਿ ਮੁਰਤੋਂ ਉਹ ਲੈੜ ਨਾ ਕਿਤੇ ਖੜੀ ਕਰਦੇ ਮੁਰਤੋਂ ਉਹ ਚੀਜ਼ ਡਿਸਟਰਬੈਂਸ ਨਾ ਪੰਜਾਬ 'ਚ ਹੋਵੇ ਇਸ ਗੱਲ 'ਚ ਕਿੰਨੀ ਕਿ ਸੱਚਾਈ ਹੈ ਕਿ ਵੈਸੇ ਇੱਕ ਡਰ ਹੈਗਾ ਅਸਲ 'ਚ ਇਹ ਗੱਲ 'ਚ ਸੱਚਾਈ ਤਾਂ ਕੋਈ ਖਾਸ ਨਹੀਂ ਕਿ ਹੈਗੀ ਇਹ ਪ੍ਰੋਬਲਮ ਇਹ ਹੈਗੀ ਹੈ ਕਿ ਇੱਕ ਖਾਸ ਪਾਰਟੀਕਲ ਕਮਿਊਨਿਟੀ ਨਾਲ ਜੋੜ ਕੇ ਕਰੀ ਜਾ ਰਿਹਾ ਉਹਦੇ 'ਚ ਬਹੁਤ ਲੋਕਾਂ ਨੂੰ ਇਹਨਾਂ ਨੇ ਛੱਡ ਦਿੱਤਾ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ 11 ਬੰਦਿਆਂ ਦਾ ਜਿਹੜਾ ਉਹ ਕੇਸ ਸੀਗਾ ਬਿਲਕੁਲ ਬਿਲਕੁਲ ਉਸ ਬਾਨੋ ਕੇਸ ਉਹ ਦੇਖੋ ਸਾਰੇ ਦੇ ਸਾਰੇ ਬਾਹਰ ਕਰ ਦਿੱਤੇ ਜਿੱਚ ਰਾਮ रहीम ਜਿਹੜੇ ਐਕਸੀ ਉਹਨਾਂ ਨੂੰ ਕਈ ਵਾਰੀ ਪੈਰੋਲ ਤੇ ਆਏ ਉਹਨਾਂ ਦੀ ਸਜ਼ਾ ਵੀ ਮaaf ਹੋ ਰਹੀਆਂ ਐਫ ਆਈ ਆਰ ਜਿਹੜੀਆਂ ਲਾਜ ਹੋਈਆਂ ਖਾਰਜ ਕਰ ਦਿੱਤੀਆਂ ਗਈਆਂ ਔਰ ਤੁਸੀਂ ਕਿਸੇ ਸੁਭੇ ਚਲ ਜੋ ਖਾਸ ਤੌਰ ਤੇ ਜੈਸੀ ਨਾਲੇ ਸਿੱਖ ਕਮਿਊਨਿਟੀ ਨਾਲ ਰਿਲੇਟਡ ਜਿਹੜੇ ਸੀਗੇ ਮਾਮਲੇ ਉਹਨਾਂ ਨੂੰ ਰਾਤ ਨਹੀਂ ਮਿਲੀ ਔਰ ਉਹਨਾਂ ਦੇ ਵਿੱਚ ਉਹ ਸਜ਼ਾ ਵੀ ਭੁੱਗ ਚੁੱਕੇ ਆ ਬਹੁਤ ਲੋਕ ਸਜ਼ਾ ਭੁੱਗ ਚੁੱਕੇ ਆ ਫਿਰ ਵੀ ਉਹਨਾਂ ਨੂੰ ਨਹੀਂ ਕੱਢਿਆ ਗਿਆ ਜੇ ਤੱਕ ਔਰ ਇਹ ਖਾਸ ਤੌਰ ਤੇ ਸਾਨੂੰ ਇਸ ਚੈਨਲ ਤੇ ਨਹੀਂ ਗੱਲ ਕਰਨੀ ਚਾਹੀਦੀ ਕਿਉਂਕਿ ਇਸ ਕਰਕੇ ਕਿ ਅਸੀਂ ਸੈਕੂਲਰ ਦੇਸ਼ ਦੇ ਵਾਸੀ ਆ ਜਿੱਦੇ ਵਿੱਚ ਧਰਮ ਨਿਰਪੱਖ ਤਾ ਜਿਹੜੀ ਹੈਗੀ ਸਾਡਾ ਸਵਧਾਨ ਔਰ ਫਿਰ ਵੀ ਜੁਡੀਸ਼ਰੀ ਦਾਅਵੇ ਦੇ ਵਿੱਚ ਕੋਈ ਖਾਸ ਰੋਲ ਨਹੀਂਗਾ ਇਹਦੇ ਵਿੱਚ ਜਿਹੜੀਆਂ ਦੇ ਵਿੱਚ ਗਵਾਹੀਆਂ ਨੇ ਜਾਂ ਜਿਹਦੇ ਵਿੱਚ ਜਾ ਕੇ ਵਕੀਲ ਨੇ ਜਾਂਜ ਵਿੱਚ ਜੁਡੀਸ਼ਰੀ ਦੀ ਕੁਝ ਖਾਸ ਤੌਰ ਤੇ ਇਨਵਾਲਵਮੈਂਟ ਵੀ ਹੈਗੀ ਆ ਔਰ ਉਹ ਗੱਲਾਂ ਗਲਤ ਹੋ ਰਹੀਆਂ ਔਰ ਇਹਦੇ ਵਿੱਚ ਜੇ ਲੋਕਾਂ ਨੇ ਸਾਈਨ ਕਰਕੇ ਭੇਜਦੀ ਹੈ ਹੋਮ ਮਿਨਿਸਟਰ ਸਾਹਿਬ ਨੂੰ ਕਰਨਾ ਚਾਹੀਦਾ ਉਸ ਤੇ ਐਕਸ਼ਨ ਕੇ ਲੋਕ ਇਹ ਮੰਗ ਰਹੇ ਆ ਕਿ ਉਹਨਾਂ ਨੂੰ ਵਾਪਸ ਹੁਣਾ ਜੇ ਉਹਨਾਂ ਦੇ ਬੱਚੇ ਵਿਚਾਰੇ ਜਿਹੜੇ ਆ ਉਹ ਇਹ ਤਸ਼ੱਦਦ ਨੂੰ ਸਹਾਰ ਰਹੇ ਆ ਉਹਨਾਂ ਦੀ ਵਾਈਫ ਆ ਉਹਨਾਂ ਦੀ ਭੈਣਾ ਆ ਰਾਜਵਾਲ ਦੀ ਪੈਨ ਜਿਹੜੀ ਕਮਜ਼ੀਦ ਕਾਰੋਂ ਨੇ ਵਿਚਾਰੀ ਨੇ ਆਪ ਕਿਸ ਲੜਿਆ ਔਰ ਆਪ ਜਾਣਦੀ ਰਹੀ ਹੈ ਔਰ ਉਹਦੇ ਵਿੱਚ ਜਥੇਦਾਰ ਜਿਹੜੇ ਨੇ ਇਸ ਵੇਲੇ ਮੌਜੂਦਾ ਅਕਾਲ ਤਖਤ ਦੇ ਸਾਹਿਬ ਦੇ ਰਗਵੀਰ ਸਿੰਘ ਜੀ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਸੰਘਰਸ਼ ਸਟ੍ਰਾਈਕ ਨਾ ਕਰੋ ਉਹ ਪੁਖੜਤਾ ਰੱਖਣ ਜਾ ਰਹੇ ਸੀ ਬਲਵੰਤ ਸਿੰਘ ਰਾਜਵਾਲਾ ਤੇ ਉਹਨਾਂ ਨੇ ਕਿਹਾ ਤਾਂ ਨਹੀਂ ਅਸੀਂ ਅਪੀਲ ਫਿਰਕ ਦੁਬਾਰਾ ਕਰਾਂਗੇ ਔਰ ਰਾਸ਼ਪਤੀ ਮੈਡਮ ਜੀ ਉਹਨਾਂ ਨੂੰ ਮਿਲਾਂਗੇ ਵੀ ਔਰ ਤੁਹਾਡੀ ਸਜ਼ਾ ਮਾਫ ਕਰਾਵਾਂਗੇ ਪਰ ਜੇ ਕੁਝ ਹੋਇਆ ਵੀ ਹੈ ਜੋ ਕਿ ਇੱਕ ਜਾਨ ਗਈ ਆ ਉਦੋਂ ਬਾਅਦ ਜੋ ਕੁਝ ਹੋਇਆ ਉਹਨਾਂ ਸਜ਼ਾ ਭੁਗਤ ਲਈ ਔਰ ਬਾਕੀ ਉਸੇ ਕੇਸ ਨਾਲ ਨਾਲ ਉਹ ਜਿਹੜੇ ਆ ਉਹ ਤਾਂ ਰਿਹਾ ਹੋਗੇ ਉਹਨਾਂ ਤੇ ਕੋਈ ਕੇਸ ਨਹੀਂ ਕਰਦੇ ਇੱਕ ਕੇਸ ਨੂੰ ਇੱਕ ਕਿਉਂ ਟੇਡਾ ਕਰੀ ਜਾਂਦੇ ਆ ਹੈ ਕਿ ਨਹੀਂ ਇਸ ਕਰਕੇ ਲੋਕਾਂ ਨੇ ਗੱਲ ਕੀਤੀ ਆ ਔਰ ਜਿਹੜੇ ਲੋਕਾਂ ਦੇ ਬਿਆਨ ਜਿਹੜਾ ਤੁਸੀਂ ਕੀਤਾ ਵਾ ਇਹ ਖਾਸ ਤੌਰ ਤੇ ਪਾਰਟਿਕੂਲਰ ਕੁਝ ਲੋਕ ਨੇ ਜਿਨ੍ਹਾਂ ਦਾ ਪਤਾ ਲੋਕਾਂ ਨੂੰ ਕਿ ਕੌਣ ਕਹਿ ਰਿਹਾ ਹਜੂਮ ਨਹੀਂ ਕਰ ਰਿਹਾ ਲੋਕ ਨਹੀਂ ਕਰ ਰਿਹਾ ਪਬਲਿਕ ਫੇਵਰ ਚ ਹੈ ਕਿ ਉਹਨਾਂ ਨੂੰ ਛੱਡ ਕੇ ਰਿਹਾ ਕੀਤਾ ਜਾਵੇ ਇਥੋਂ ਤਸਦੀਕ ਹੁੰਦਾ ਕਿ ਲੋਕਾਂ ਨੇ ਸਾਈਨ ਕਰਕੇ ਭੇਜਦੇ ਆ ਕਿਆ ਅਸੀਂ ਚਾਹੁੰਦੇ ਹਾਂ ਕਿ ਰਾਜਵਾਲਾ ਸਾਹਿਬ ਤੇ ਬਾਕੀ ਜਿਹੜੇ ਹੋਰ ਵੀ ਲੋਕ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸੈਂਟਰ ਨੂੰ ਨੋਰਮ ਕੀਤਾ ਜਾਵੇ ਔਰ ਇਹ ਵੀ ਲੋਕਾਂ ਨੇ ਕਹਿੰਦਾ ਕਿ ਸ਼ਰਤ ਹੈਗੀ ਹੈ ਜੇ ਅਗਲੀ ਸਰਕਾਰ ਭਾਜੀਪੀ ਨਹੀਂ ਰਹਿੰਦੀ ਹੋਰ ਸਰਕਾਰਾਂ ਜੇ ਬਾਹਰ ਹੋਣਗੇ ਇਹ ਵੀ ਲੋਕਾਂ ਨੇ ਕਿਹਾ ਜਨੇ ਸੂਝਵਾਨ ਨੇ ਪਾਰਟੀ ਕੁਲ ਕਹਿੰਦੇ ਕਿ ਕਈ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਪਾਸੇ ਵੀ ਵੇਂਦੀਆਂ ਕਿ ਨਹੀਂ ਜੀ ਇਸ ਕਮਿਊਨਿਟੀ ਨਾਲ ਰਿਲੇਟਡ ਹੈਗੇ ਇਹਨਾਂ ਨੂੰ ਨਾ ਕੱਢਿਆ ਜਾਵੇ ਦੂਜਿਆਂ ਰਕ ਲੋ ਬਾਕਾਇਦਾ ਤੌਰ ਤੇ ਹੋਇਆ ਔਰ ਜਿਹਦੇ ਵਿੱਚ ਗੁਜਰਾਤ ਦੇ ਕਿਸ ਦੀ ਤੁਹਾਨੂੰ ਪਤਾ 11 ਦੇ 11 ਬੰਦੇ ਆਗੇ ਜਿਹਨਾਂ ਇੱਕ ਪਰਿਵਾਰ ਮਾਰ ਦਿੱਤਾ ਉਦੋਂ ਬਾਅਦ ਜਿਹੜੇ 2004 ਦੇ ਦੰਗੇ ਹੋਏ ਸੀ 2002 ਦੇ ਦੰਗੇ ਹੋਏ ਸੀਗੇ ਗੁਜਰਾਤ ਦੇ ਵਿੱਚ ਉਹ ਸਾਰੇ ਲੋਕ ਬਾਹਰ ਹੈਗੇ ਦਿਨ ਦਿਹਾੜੇ ਉਹਨਾਂ ਨੇ ਸੜਕਾਂ ਤੇ ਆ ਕੇ ਲੋਕਾਂ ਨੂੰ ਮਾਰਿਆ ਫੁੱਟਪਾਥਾਂ ਤੇ ਗੋਲੀਆਂ ਚਲਾਈਆਂ ਔਰ ਗੱਡੀਆਂ ਦੇ ਪੰਡ ਬੰਦ ਡੱਬਿਆਂ ਵਿੱਚ ਅੱਗ ਲਾ ਕੇ ਮਾਰ ਦਿੱਤਾ ਗਿਆ ਉਹ ਵੀ ਲੋਕ ਬਾਹਰ ਹੈਗੇ ਔਰ ਇਹਨਾਂ ਕੋ ਬਹੁਤ ਵੱਡਾ ਕੋ ਤਸ਼ੱਦਦ ਨਹੀਂ ਹੈ ਲੋਕਤੰਤਰ ਹੈ ਗੱਲ ਸੁਣਨੀ ਚਾਹੀਦੀ ਹੈ ਇਹਨਾਂ ਕੋ ਰਾਈਟ ਆ ਜੋ ਆਪਣਾ ਰਾਈਟ ਦੇ ਅਕੋਰਡਿੰਗ ਡਿਸੀਜਨ ਲੈਣ ਜਾਂ ਉਹਦੇ ਵਿੱਚ ਸਹੂਲਤ ਲੈਣ ਦੀ ਮੰਗ ਕਰ ਸਕਦੇ ਜੀ ਬਲਕਾਰ ਜੀ ਤੇ ਅਗਲਾ ਮਸਲਾ ਆਪਾਂ ਲੈਨੇ ਆ ਕਿ ਗੁਰਪੁਰਪ ਤੇ ਘਰ-ਘਰ ਪਹੁੰਚਾਇਆ ਜਾਵੇਗਾ ਕਣਕ ਤੇ ਆਟਾ ਇਹ ਮੁੱਖ ਮੰਤਰੀ ਪੰਜਾਬ ਨੇ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ 27 ਨਵੰਬਰ ਨੂੰ ਆ ਰਿਹਾ ਔਰ ਉਹਦੇ ਵਿੱਚ ਪ੍ਰਵਾਦ ਫੇਰੀਆਂ ਔਰ ਉਹਦੇ ਵਿੱਚ ਪੂਰੇ ਛਿਹਰੇ ਧਾਰਮਿਕ ਸਾਨਾਂ ਦੇ ਜੀ ਸ਼ਬਦ ਕੀਰਤਨ ਲੋਕ ਸਰਵਨ ਕਰ ਰਹੇ ਆ ਔਰ ਉਹਨਾਂ ਦੇ ਜੀਵਨੀ ਦੇ ਉਪਦੇਸ਼ ਜਿਹੜੇ ਆ ਉਹਨਾਂ ਨੂੰ ਅਪਣਾ ਵੀ ਰਹੇ ਆ ਔਰ ਅਮਲ ਕਰ ਰਹੇ ਆ ਲੋਕ ਔਰ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਡਿਸੀਜਨ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਟਾ ਦਾਲ ਔਰ ਜੋ ਸਮਾਨ ਆ ਅਸੀਂ ਆ ਪ੍ਰਕਾਸ਼ ਉਤਸਵ ਦੇ ਇਹ ਦਾ ਆਗਾਜ਼ ਕਰਾਂਗੇ ਆਰੰਭ ਕਰਾਂਗੇ ਲੋਕਾਂ ਦੇ ਕਰੋ ਕਰ ਜਾਊਗਾ ਡਿਲੀਵਰੀ ਕਰੋ ਕਰ ਹੋਊਗੀ ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਤਾਂ ਕਿ ਇਹਦੇ ਵਿੱਚ ਇਹਨਾਂ ਨੇ ਜਿਹੜੀ ਮਾਰਕਫੈਡ ਵਾਲਾ ਕੰਪਨੀ ਇੱਕ ਏਜੰਸੀ ਆ ਉਹ ਸਪਲਾਈ ਕਰੋਗੀ ਔਰ ਇਹਦੇ ਵਿੱਚ ਇਹਨਾਂ ਨੇ ਫ੍ਰੀ ਸ਼ਾਪ ਜਿਹੜੀਆਂ ਬਣਾ ਦਿੱਤੀਆਂ 2700 ਜਿਹੜੀਆਂ ਪੰਜਾਬ ਵਿੱਚ ਔਰ ਮਨਰੇਗਾ ਸਕੀਮ ਦੇ ਅਧੀਨ ਦਿੱਤਾ ਜਾਊਗਾ ਗਰੀਬ ਲੋਕਾਂ ਨੂੰ ਜਿਨ੍ਹਾਂ ਦੇ ਕੋਈ ਕਾਰਡ ਵੀ ਹੈਗੇ ਆ ਔਰ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੀ ਨੇ ਕਹਿਤਾ ਕਿ ਇਹ ਗਲਤ ਕੰਮ ਕੀਤਾ ਇਹਨਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਕਿ ਇਹਨਾਂ ਨੇ ਤੇ ਉਹਦੇ ਵਿੱਚ ਜਾਖਰ ਸਾਹਿਬ ਨੇ ਕਹਿਤਾ ਕਿ ਸੈਂਟਰ ਦੀ ਸਕੀਮ ਹੈ ਗਿਆ ਜਿਹੜੀ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਹੈ ਗਿਆ ਅਨਾਜ ਯੋਜਨਾ ਉਹਦੇ ਨੂੰ ਅਪਣਾਇਆ ਉਹਦੇ ਨਾਲ ਹੀ ਕੀਤਾ ਪਰ ਇਹਨਾਂ ਨੇ ਕਹਿਤਾ ਕਿ ਅਸੀਂ ਤਾਂ ਅਨਾਜ ਆਪਣਾ ਦੇ ਰਹੇ ਹਾਂ ਔਰ ਬਾਜਵਾ ਸਾਹਿਬ ਨੇ ਕਿਹਾ ਤਾਂ ਕਿ ਨਾਨੂੰ ਆਟਾ ਨਹੀਂ ਦੇਣਾ ਚਾਹੀਦਾ ਸੀ ਕਣਕ ਦੇਣੀ ਚਾਹੀਦੀ ਸੀ ਔਰ ਇਹ ਇੱਥੋਂ ਤੱਕ ਡਿਫਰੈਂਸ਼ੀਏਟ ਨਹੀਂ ਹੁੰਦਾ ਜਿਹੜੀ ਡ੍ਰੈਂਗ ਰੂਮ ਚ ਬੈਠ ਕੇ ਡਿਸੀਜਨ ਆੜੀ ਗੱਲੀ ਆ ਕਿ ਆਟਾ ਜਿਹੜਾ ਉਹ ਮਹਿੰਗਾ ਕਿ ਕਣਕ ਮਹਿੰਗੀ ਹੈਗੀ ਜਦੋਂ ਕਣਕ ਨੂੰ ਤੁਸੀਂ ਚੱਕੀ ਤੇ ਲੈ ਕੇ ਜਾਓਗੇ ਉਹਦੇ ਚ ਪਰ ਕਿਲੋ ਜਿਹੜਾ ਉਹਦਾ ਜਿਹੜਾ ਪੈਸਾ ਲਿਆ ਜਾਊਗਾ ਪਸਾਈ ਦੇ ਲਈ ਔਰ ਉਹਨਾਂ ਨੂੰ ਜੇ ਆਟਾ ਮਿਲਦਾ ਤਾਂ ਗਰੀਬ ਆਦਮੀ ਤੇ ਜ਼ਿਆਦਾ ਸੁਖੀਆ ਗਿਆ ਫਿਰ ਕਣਕ ਨੂੰ ਸਕਾਉਣਗੇ ਧੋਣਗੇ ਫਿਰ ਚੱਕੀ ਤੇ ਲੈ ਕੇ ਜਾਣਗੇ ਫਿਰ ਉਹਦੇ ਫਿਰ ਪੈਸੇ ਦੇਣਗੇ ਉਹਨਾਂ ਸਿੱਧਾ ਆਟਾ ਦੇ ਰਿਹਾ ਡਿਸੀਜਨ ਵਧੀਆ ਹੈਗਾ ਪਰ ਕਈ ਵਾਰੀ ਵਿਰੋਧੀ ਤਰਾਂਜਣੀਆਂ ਬਿਆਨ ਦੇਣ ਲੱਗੇ ਵੀ ਨਹੀਂ ਸੋਚਦੀ ਕਿ ਅਸੀਂ ਕੀ ਬਿਆਨ ਦੇ ਰਹੇ ਹਾਂ ਔਰ ਦੂਜੇ ਪਾਸੇ ਜਾਕਰ ਸਾਹਿਬ ਨੇ ਕਿਹਾ ਕਿ ਇਹਨਾਂ ਨੇ ਸੈਂਟਰ ਦੀ ਜਿਹੜੀ ਨੀਤੀ ਹੈ ਉਹਨੂੰ ਅਪਣਾ ਲਿਆ ਪੈਸਾ ਸੈਂਟਰ ਦਾ ਤੇ ਖਰਚ ਇਹ ਰਿਹਾ ਆਪਣਾ ਰੋਡ ਤੇ ਨਾਲ ਲਿਖਣ ਲਈ ਚੁਰਾਹੇ ਦੇ ਨਾਲ ਲਿਖਣ ਲਈ ਕੇਜਰੀਵਾਲ ਸਾਹਿਬ ਦਾ ਤੇ ਆਪਣਾ ਪਰ ਜਦ ਮਾਰਕੀਟ ਤੇ ਸੈਂਟਰ ਦੀ ਨਹੀਂ ਮਾਰਕੀਟ ਤੇ ਪੰਜਾਬ ਚ ਹੀ ਕੰਮ ਕਰ ਰਹੀ ਹੈ ਨਾ ਪੈਸਾ ਤੋਂ ਨਾਲ ਜਾਣਾ ਔਰ ਜਿੰਨੀ ਵੀ ਦੁਕਾਨਾਂ ਲਈ ਇਹਨਾਂ ਨੇ ਜਗ੍ਹਾ ਦਿੱਤੀ ਆ ਔਰ ਕਈ ਵਾਰੀ ਇਹ ਮਲਾਵਟ ਕਰ ਦਿੰਦੇ ਆ ਜਿੱਦਾਂ ਅਨਾਜ ਚ ਜਾਂ ਖਾਣ ਪੀਣ ਦੀਆਂ ਚੀਜ਼ਾਂ ਚ ਮਲਾਵਟ ਦੇ ਇਹਨਾਂ ਦੇ ਬਿਆਨਾਂ ਦੇ ਵਿੱਚ ਵੀ ਮਲਾਵਟ ਹੈਗੀ ਆ ਉਸੇ ਕਰਕੇ ਯਾਰ ਕਿ ਇਹ ਕਹਿੰਦੇ ਕਿ ਇਹਨਾਂ ਦਾ ਨਾਂ ਨਾ ਬਣ ਜੇ ਸਾਡਾ ਨਾਂ ਹੀ ਰਵੇ ਦੂਜੀ ਗੱਲ ਆ ਜਿਹੜੇ ਲੋਕ ਕਹਿੰਦੇ ਨੇ ਪਬਲਿਕ ਕਹਿੰਦੀ ਆ ਕਿ ਜਦੋਂ ਤੁਸੀਂ ਸੀਗੇ ਉਹ ਤਾਂ ਫ੍ਰੀ ਤੇ ਆਟਾ ਨਹੀਂ ਗਿਆ ਫ੍ਰੀ ਦਾਲਾਂ ਨਹੀਂ ਆਈਆਂ ਛੇਲ ਨਹੀਂ ਆਇਆ ਹੁਣ ਫ੍ਰੀ ਆ ਰਿਹਾ ਇਹ ਤਾਂ ਸਾਨੂੰ ਲੈਣ ਦੋ ਸਾਡੇ ਕੋਲ ਜਿਹੜੇ ਯੂਨਿਟ ਆ ਰਹੇ ਸੀਸੋ ਯੂਨਿਟ ਆ ਰਹੇ ਆ ਇਹਨਾਂ ਨੇ ਯੂਨਿਟ ਦਿੱਤੇ ਆ ਤੁਸੀਂ ਉਹ ਤਾਂ ਤੱਕ 75 ਸਾਲ ਰਾਜ ਕੀਤਾ ਤੁਸੀਂ ਦੀ ਇੱਕ ਯੂਨਿਟ ਨਹੀਂ ਸਾਨੂੰ ਫ੍ਰੀ ਦਿੱਤਾ ਉੱਥੇ ਜਵਾਬ ਦੇਣਾ ਫਿਰ ਉਹ ਕਹਿੰਦਾ ਜੇ ਮੀਟਰ ਜੇ ਅਸੀਂ ਕਿ ਮੀਟਰਾਂ ਦੀ ਵਿਰੋਧਤਾ ਕੀਤੀ ਜਿਹੜੇ ਚਿਪ ਮੀਟਰ ਲਾ ਰਹੇ ਅਸੀਂ ਨਹੀਂ ਲਵਾਵਾਂਗੇ ਉਹ ਰੋਗੇ ਪਰ ਤੁਹਾਡੇ ਟਾਈਮ ਤੇ ਜਿਹੜੇ ਗਰਾਰੀ ਵਾਲੀ ਮੀਟਰ ਕੱਢ ਕੇ ਤੁਸੀਂ ਡਿਜੀਟਲ ਲਾ ਦਿੱਤੇ ਉਹ ਕਿਨਾਂ ਲਾਏ ਸੀਗੇ ਉਹ ਤੁਹਾਡੀ ਸਰਕਾਰਾਂ ਨੇ ਲਾਏ ਸੀਗੇ ਹੁਣ ਤੁਸੀਂ ਵੱਡੇ ਵੱਡੇ ਬਿਆਨ ਦਿੰਦੇ ਜੇ ਬੜੀਆਂ ਬੜੀਆਂ ਸਹੂਲਤਾਂ ਦੇ ਗੱਲਾਂ ਕਰਦੇ ਜੇ ਅਸੀਂ ਕਰ ਲਾਂਗੇ ਉਹ ਮੌਕਾ ਕਦੋਂ ਪਿਆ ਸੀਗਾ ਉਹ ਕਹਿੰਦੇ ਵੀ ਇਦੋਂ ਬਾਅਦ ਤੰਬਾ ਫੂਕਣ ਵਾਲੀ ਗੱਲ ਆ ਹੁਣ ਜਦੋਂ ਈਦ ਲੰਘੀ ਹੈ ਹੁਣ ਤੁਸੀਂ ਤੰਬਾ ਹੁਣ ਫੂਕ ਰਹੇ ਜੇ ਹੁਣ ਤੁਹਾਡਾ ਸਮਾਂ ਗੁਜ਼ਰ ਗਿਆ ਹੁਣ ਤੁਹਾਡਾ ਕੋ ਬਿਆਨ ਖਾਲੀ ਆ ਓਕੇ ਵਹਿਮ ਨਾ ਪਾ ਲੋ ਤੇ ਨਾ ਕਰੋ ਜਿਹਦੇ ਕੋ ਸ਼ਕਤੀ ਹੈ ਜਿਹਦੇ ਕੋ ਪਾਵਰ ਹੈ ਜਿਸਕਾ ਕੁਰਸੀ ਹੈ ਉਹਨਾਂ ਦੇ ਡਿਸੀਜਨ ਲੈਣਾ ਐਕਚੁਅਲੀ ਇਹ ਵੀ ਗੱਲ ਠੀਕ ਆ ਕਿ ਪੋਲੀਟੀਕਲ ਲੀਡਰਸ ਨੂੰ ਸਵਾਲ ਕਰਦੀ ਹੈ ਜਨਤਾ ਜੀ ਜੀ ਪਰ ਅਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਨਤਾ ਦੇ ਵਿੱਚ ਵੀ ਕਈ ਐਸੇ ਲੋਕ ਨੇ ਜਿਹੜੇ ਦੇਸ਼ ਨੂੰ ਚੂਨਾ ਲਾਉਂਦੇ ਨੇ ਸਹੀ ਗੱਲ ਆ ਟੈਕਸ ਦੇ ਚੋਰੀ ਕਰਦੇ ਨੇ ਠੀਕ ਜੀ ਕਈ ਵਾਰ ਉਹ ਜਗਵਾਰੀ ਵਾਲੇ ਮੀਟਰ ਸੇ ਬਿਜਲੀ ਵੀ ਚੋਰੀ ਕਰਦੇ ਸੀ ਕੁੰਡੀਆਂ ਵੀ ਲਾਉਂਦੇ ਸੀ ਆਟਾ ਦਾਲ ਜਿਹੜੇ ਮਿਲਦੇ ਐ ਤੇ ਵੀ ਹੋ ਰਹੀ ਐ ਇਹ ਵੀ ਹੋ ਰਹੀ ਐ ਉਹ ਜਿਹੜੀ ਕਹਿੰਦੇ ਸੀ ਨਾ ਕੁੰਡੀ ਪਾ ਲਈ ਆ ਆ ਬਿਜਲੀ ਦੀ ਉਹ ਵੀ ਫਰੀ ਚ ਬਿਜਲੀ ਲੋੜਵੰਦ ਤੱਕ ਨੇ ਜਾਣ ਦਿੰਦੇ ਨੀਡੀ ਪਰਸਨ ਜਿਹੜਾ ਉਹਨਾਂ ਨੂੰ ਜਾਣ ਦਿੰਦੇ ਜਿੰਨੂੰ ਵਿਚਾਰਾ ਫੁੱਟਪਾਥ ਤੇ ਭੁੱਖਾ ਸੁੱਤਾ ਉਹਦੇ ਲਈ ਨਹੀਂ ਜਾਣ ਦਿੰਦੇ ਜਿਹੜੇ ਭਰੇ ਭਰਾਏ پڑੋਲੇ ਉਹਨਾਂ ਨੂੰ ਫਿਰ ਦੁਬਾਰਾ ਪੜਨਾ ਚਾਹਦੇ ਜਿਹੜੀ ਇਹ ਚੋਰੀ ਕਰਨ ਦੀ ਆਦਤ ਐ ਨਾ ਜਦੋਂ ਇਹ ਨਿਕਲ ਜੂਗੇ ਹਾਂ ਉਦੋਂ ਹੋ ਸਕਦਾ ਹੈ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਹ ਮੁੜ ਤੋਂ ਵਧੀਆ ਪ੍ਰਸ਼ਾਸਨ ਹੋ ਗਏ ਉਹ ਇੱਕ ਪੁਰਾਣੇ ਸਮੇਂ ਦੇ ਵਿੱਚ ਧਾੜ ਵੀ ਆਉਂਦੇ ਸੀ ਨਾ ਉਹ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہ ਦਾ ਉਹ ਸਾਨੂੰ ਉਹੀ ਆਦਤ ਪਈ ਹੋਈ ਹੈ ਕਿ ਜੋ ਕੁਝ ਖਾਣਾ ਪੀਣਾ ਖਾ ਲਓ ਬਾਕੀ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਜਾਣਾ ਉਹ ਭਈ ਉਹ ਉਦੋਂ ਸੀ ਜਦੋਂ ਆਜ਼ਾਦੀ ਨਹੀਂ ਮਿਲੀ ਸੀ 1947 ਤੋਂ ਬਾਅਦ ਅੰਗਰੇਜ਼ ਵੀ ਚਲੇ ਗਏ ਮੁਗਲ ਸੀ ਨਾ ਤਾਂ ਮੁਗਲ ਹਾਂ ਹੁਣ ਕਿਤੇ ਤੋਂ ਲਕਾਉਣ ਦੀ ਲੋੜ ਨਹੀਂ ਚੋਰੀ ਕਰਨ ਦੀ ਲੋੜ ਨਹੀਂ ਆਪਣਾ ਰਾਜ ਹੈ ਇਸ ਕਰਕੇ ਜਿੱਥੇ ਜਿੰਨਾ ਟੈਕਸ ਬਣਦਾ ਉਹ ਵੀ ਦਿਓ ਚੋਰੀ ਕਰਨ ਦੀ ਲੋੜ ਨਹੀਂ ਜੋ ਆਪਣਾ ਹੱਕ ਹੈ ਉਹ ਲਭੋ ਜੋ ਆਪਣਾ ਫਰਜ਼ ਹੈ ਉਹ ਅਦਾ ਕਰੋ ਇੰਨੀ ਕੀ ਗੱਲ ਆ ਉਹ ਨੀਲੇ ਕਾਰਡ ਜਿਹੜੇ ਬਣੇ ਸੀਗੇ ਨਾ ਜਿਹੜੀ ਸਹੂਲਤਾਂ ਲੈਣ ਦੇ ਉਹ ਬਹੁਤ ਲੋਕ ਫੜੇਗੇ ਇਹਨਾਂ ਨੇ ਜਦੋਂ ਵਾਈਫ ਵੈਰੀਫਾਈ ਕੀਤੀ ਆ ਜਦੋਂ ਇਹਨਾਂ ਨੇ ਆ ਕੇ ਪੜਤਾਲ ਕੀਤੀ ਆ ਉਹ ਚ ਪਤਾ ਪੱ ਲੱਗਾ ਕਿ ਇਹ ਬੰਦੇ ਤਾਂ ਇਹ નિર્ਭਰ ਹੀ ਨਹੀਂ ਕਰਦੇ ਤੇ ਇਹ ਤਕਰੀਬ ਹੈ ਹੀ ਨਹੀਂ ਉਹਨਾਂ ਨੇ ਬਣਾਏ ਆ ਪੈਨਸ਼ਨਾਂ ਵੀ ਲੈ ਰਹੇ ਗਲਤ ਜਿਹੜੇ ਪੈਨਸ਼ਨਾਂ ਬੁਢਾਪਾ ਪੈਨਸ਼ਨ ਉਹ ਵੀ ਗਲਤ ਲੈ ਰਹੇ ਆ ਪਰ ਇਹ ਗਰਦ ਗੱਲ ਹੈ ਜਿਹੜਾ ਉਹ ਆਪਾਂ ਨੇ ਭਰੇ ਪੜੋਲੇ ਫਿਰ ਦੁਬਾਰਾ ਪੜਨ ਦੀ ਗੱਲ ਹੀ ਹੁੰਦੀ ਜਿਹੜੇ ਨੀਡੀ ਲੋਕ ਨੇ ਜਿਨ੍ਹਾਂ ਨੂੰ ਸੋਲ ਚਾਹੀਦੀ ਹੈ ਜਿਹੜੇ ਵਿਚਾਰੇ ਭੁੱਖੇ ਨੇ ਜਿਨ੍ਹਾਂ ਕੋਲ ਸਿਰ ਤੇ ਛੱਤ ਨਹੀਂ ਉਹਨਾਂ ਦਾ ਕੰਮ ਤੇ ਹੋਣ ਦਿਓ ਬਾਕੀ ਤੁਸੀਂ ਜੇ ਕਹੋ ਤੇ ਉਹਨਾਂ ਨੂੰ ਜੇ ਆਪ ਨਹੀਂ ਦੇਣਾ ਉਹਨਾਂ ਨੂੰ ਖਾਂਦਿਆ ਤਾਂ ਨਾ ਮਤਲਬ ਤੰਗ ਕਰੋ ਦੇਖੋ ਗੱਲ ਇਹ ਹੈ ਲੋਕ ਵੱਡਿਆ ਵੱਡਿਆ ਕਾਰਾਂ ਤੋਂ ਉੱਤਰ ਦੇਣੇ ਤੇ ਜਾ ਕੇ ਬੁਢਾਪਾ ਪੈਨਸ਼ਨ ਲਗਵਾਉਂਦੇ ਨੇ ਹਾਂ ਅਗੜੀ ਵੰਦੇ ਨੇ ਸਰਕਾਰ ਤੋਂ ਜਿੰਨਾ ਮਿਲੇ ਨਾ ਲੈ ਲੈਣਾ ਚਾਹੀਦਾ ਆ ਉਸ ਸਰਕਾਰ ਕੋਲ ਉਹਨਾਂ ਵਾਸਤੇ ਹੈ ਬਾਈ ਅੱਗੇ ਹਾਲਤਾ ਦੇਖੋ ਮਾਲੀ ਹਾਲਤ ਕੀ ਬਣੀ ਸਰਕਾਰ ਦੀ ਉਹਨਾਂ ਵਾਸਤੇ ਹੈ ਜਿੰਨਾਂ ਨੂੰ ਲੋੜ ਹੈ ਤੁਸੀਂ ਵੱਡੀਆਂ ਵੱਡੀਆਂ ਕਾਰਾਂ ਤੇ ਵੱਡੇ ਵੱਡੇ ਘਰਾਂ 'ਚ ਰਹਿੰਦੇ ਹੋ ਤੇ ਇੱਕ ਤੁਸੀਂ ਚੰਗੇ ਲੱਗਦੇ ਹੋ ਬੜਾਪਾ ਪੈਨਸ਼ਨ ਦੀ ਇਹ ਇੱਕ ਗੱਲ ਹੈਗੀ ਹੋਰ ਇਹ ਜਿਹਦਾ ਬਣਾਉਂਦੀ ਆ ਸਰਕਾਰ ਬਣਾਉਂਦੀ ਆ ਵਿੱਚ ਪਟਵਾਰੀ ਤਹਿਸੀਲਦਾਰ ਉਹਦੇ ਚ ਸਰਪੰਚ ਅਨਵਾਰਵਾ ਉਹਦੇ ਨੰਬਰਦਾਰ ਅਨਵਾਰਵਾ ਉਹ ਦੋਨੇ ਵੰਦੇ ਹੋਗਾ ਪਤਾ ਨਹੀਂ ਪਿੰਡਾਂ 'ਚ ਵੀ ਗਰੁੱਪ ਬਣਿਆ ਉਹ ਜਿਹੜੇ ਗਰੀਬ ਆ ਜਿਹੜੇ ਗਰੀਬ ਵਿਚਾਰੇ ਛੱਪੜ ਦੇ ਕਿਨਾਰੇ ਬੈਠੇ ਆ ਜਾਂ ਵਿਚਾਰੇ تنگ ਗਲੀਆਂ 'ਚ ਬੈਠੇ ਆ ਉਹਨਾਂ ਵਰ ਸਰਪੰਚ ਜਾਂਦੇ ਨਹੀਂਗੇ ਸਰਪੰਚ ਮੰਝਾ ਡਾਹ ਕੇ ਵੱਡੇ ਘਰ ਜਾ ਕੇ ਬਹਿੰਦੇ ਆ ਉੱਥੇ ਗੱਲ ਕਰਨੀ ਹੈ ਉੱਥੇ ਉਹਨਾਂ ਨੇ ਮੋਹਰ ਲਾਉਣੀ ਹੈ ਉੱਥੇ ਗੱਲ ਕਰਕੇ ਵੀ ਇਹ ਗਰੀਬ ਆ ਜੋ ਸਰਪੰਚ ਨੇ ਲਿਖ ਦਿੱਤਾ ਵੀ ਇਹ ਗਰੀਬ ਆ ਨਰੀਲਾ ਕਾਰਡ ਤਾਰਕਾ ਇਹਨੂੰ ਨੀਲਾ ਕਾਰਡ ਦੇ ਦੇਣਾ ਚਾਹੀਦਾ ਉਹ ਲਿਖਿਆ ਵੇਖ ਕੇ ਤੋਂ ਅੱਗੇ ਤੁਰ ਪੈਂਦਾ ਉਹ ਬਲਾਕ ਚਲ ਜਾਂਦਾ ਹੈ ਨਾ ਬੀਡੀਪੀਓ ਕੋ ਚਲੇ ਜਾਂਦਾ ਅੱਗੇ ਜਾ ਕੇ ਡੀਸੀ ਤੱਕ ਚਲ ਜਾਂਦਾ ਜਿਹੜੇ ਵੈਰੀਫਾਈ ਤੇ ਕਰਨੀ ਸਰਪੰਚ ਨੇ ਜਿਹੜਾ ਜ਼ਮੀਨ ਤੇ ਬੈਠਾ ਲੋਕਾਂ ਨਾਲ ਮਿਲ ਰਿਹਾ ਉਹਦੀ ਵੈਰੀਫਿਕੇਸ਼ਨ ਗਲਤ ਹੈ ਤੇ ਫਿਰ ਜਿਹੜੀ ਸਹੂਲਤਾਂ ਤੇ ਗਲਤ ਥਾਂ ਤੇ ਮਿਲਣੀ ਆ ਪੈਨਸ਼ਨਾਂ ਗਲਤ ਥਾਂ ਤੇ ਮਿਲਣੀ ਆ ਇਸੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਫੜੀਆਂ ਜਾਣੀਆਂ ਝੂਠਤਾ ਝੂਠ ਆ ਅੱਜ ਨਹੀਂ ਕੱਲ ਫਿਰ ਪਰਸੋਂ ਦਾ ਫੜਿਆ ਜਾਣਾ ਬਿਲਕੁਲ ਤੁਸੀਂ ਕਦੀ ਸਮਝਾ ਕੇ ਦੇਖ ਲਵੋ ਪਰ ਮੈਂ ਮੈਂ ਇਹ ਗਲਤੀ ਕਰ ਬੈਠਾ ਸੀ ਕਿਸੇ ਬਜ਼ੁਰਗ ਮਾਤਾ ਜੀ ਨੂੰ ਸਮਝਾਉਣ ਦੀ ਕਿ ਮਾਤਾ ਜੀ ਖਾਂਦੇ ਪੀਂਦੇ ਘਰਦੇ ਹੋ ਤੁਹਾਡੇ ਕੋਲ ਸਾਰੀਆਂ ਸਹੂਲਤਾਂ ਨੇ ਪੁੱਤਰ ਕਮਾਉਂਦੇ ਨੇ ਕਿ ਤੁਸੀਂ ਇਹ ਕੀ ਬੁਢਾਪਾ ਪੈਨਸ਼ਨ ਲੈ ਹੱਥ ਜਿਵੇਂ ਮਾਰ ਕੇ ਮਾਤਾ ਜੀ ਗੱਲ ਕਰਦੇ ਲੈ ਲਈਏ ਨਾ ਅਸੀਂ ਤੀਰਥ ਯਾਤਰਾ ਤੇ ਜਾਣਾ ਹੁੰਦਾ ਉਹ ਮੈਂ ਕਿ ਇਹਦੇ ਨਾਲ ਹੀ ਤੀਰਥ ਯਾਤਰਾ ਕਰਨੀ ਤੁਸੀਂ ਮਤਲਬ ਲੋਕਾਂ ਨੂੰ ਸਮਝ ਨਹੀਂ ਉਹਨਾਂ ਨੇ ਨਹੀਂ ਸਮਝਣਾ ਜਿੱਥੋਂ ਮਿਲਦਾ ਲੈ ਲਓ ਖਿੱਚ ਲਓ ਤੀਰਥ ਯਾਤਰਾ ਦਾ ਵੀ ਕਹਿੰਦਾ ਬੜਾ ਬੜਾਪੇ ਦੇ ਵਿੱਚ ਜਿੰਨੇ ਲੋਕ ਗੁਜ਼ਰ ਰਹੇ ਨੇ ਉਹ ਧਾਰਮਿਕ ਸਥਾਨਾਂ ਤੇ ਜਾ ਸਕਦੇ ਪੰਜਾਬ ਗਵਰਨਮੈਂਟ ਨੇ ਕਿਹਾ ਗੱਲ ਸਿਰਫ ਇੰਨੀ ਹੈ ਕਿ ਅਸੀਂ ਸਾਰਾ ਇਲਜ਼ਾਮ ਪਾ ਦਿੰਦੇ ਹਾਂ ਪੋਲਿਟਿਕਲ ਲੀਡਰਸ ਦੇ ਉੱਤੇ ਠੀਕ ਹੈ ਉਹ ਵੀ ਕਸੂਰਵਾਰ ਨੇ ਪਰ ਸਾਨੂੰ ਨਾਗਰਿਕਾਂ ਨੂੰ ਵੀ ਸਿਆਣਪ ਵਰਤਨੀ ਚਾਹੀਦੀ ਐ ਸਿਆਣੇ ਬੜਨਾ ਚਾਹੀਦਾ ਐ ਇਹ ਕਮਲ ਘੋਟਣਾ ਬੰਦ ਕਰ ਦਈਏ ਜੇ ਲੋੜ ਐ ਤਾਂ ਲਈਏ ਨਹੀਂ ਲੋੜ ਤੇ ਕਾਹਨੂੰ ਜਿਹੜਾ ਲੋੜਵੰਦ ਆ ਉੱਥੇ ਪਹੁੰਚਣ ਦਿਓ ਅੱਗੇ ਵੀ ਕਿਹੜਾ ਕਿੰਨਾ ਕ ਖਜ਼ਾਨਾ ਸਾਡੇ ਕੋਲ ਪਿਆ ਹੋਇਆ ਸਰਕਾਰ ਨੂੰ ਇੱਕ ਤਰ੍ਹਾਂ ਦਾ ਬੈਗਿੰਗ ਆ ਮੰਗਣਾ ਹੀ ਆ ਜਿਹੜਾ ਤੁਸੀਂ ਹੱਥ ਅੱਟ ਕੇ ਮੰਗਦੇ ਜੇ ਕਮਾਓ ਖਾਓ ਕੋਈ ਇਦਾਂ ਦੀ ਗੱਲ ਨਹੀਂ ਆ ਗਈ ਜਿਹੜੇ ਬੈਗਰ ਨੇ ਉਹ ਤਾਂ ਵਿਚਾਰੇ ਨਹੀਂ ਕੋਈ ਅਪਾਹਜ ਆ ਜਾਂ ਲੰਗੜਿਆ ਲੂਲੇ ਮੰਗਦੇ ਆ ਉਹਨਾਂ ਦੀ ਤੇ ਇੱਕ ਮਜਬੂਰੀ ਆ ਜਿਹੜਾ ਚੰਗਾ ਭਲਾ ਚੱਲਦਾ ਸਰੀਰ ਆ ਜਿਹੜਾ ਕੰਮ ਕਰ ਸਕਦਾ ਜਿਹਨੂੰ ਕੋ ਸਾਰਾ ਕੁਝ ਸੁੱਖ ਸਾਧ ਤੇ ਸੁੱਖ ਦੇ ਸਾਹ ਹੁੰਦੇ ਆ ਉਹ ਬੰਦੇ ਨੇ ਤਾਂ ਜਾ ਕੇ ਇਦਾਂ ਦੀਆਂ ਗਲਤ ਨੀਤੀਆਂ ਨਹੀਂ ਕਰਨੀਆਂ ਚਾਹੀਦੀ ਤੁਹਾਡੀ ਕੌਨਸ਼ੀਅਸ ਅਲਾਉ ਕਿਵੇਂ ਕਰਦੀ ਹੈ ਗੱਲ ਇੰਨੀ ਕਾ ਕਿ ਤੁਹਾਡਾ ਅੰਦਰ ਕਿਵੇਂ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਤੁਸੀਂ ਜਾ ਕੇ ਇਹ ਚੀਜ਼ ਲਵੋ ਲੋਕ ਸੜਕਾਂ ਤੇ ਰੁਲਦੇ ਪੈਣੇ ਯਾਰ ਉਹਨਾਂ ਨੂੰ ਲੈ ਲੈਣ ਦਿਓ ਤੁਸੀਂ ਤਾਂ ਚੰਗੇ ਭਲੇ ਖਾਂਦੇ ਪਿੰਦੇ ਘਰਾਂਦੇ ਹੋ ਤੁਸੀਂ ਕਿਉਂ ਲੈਣ ਜਾਂਦੇ ਹੋ ਇਹ ਵੇਲੇ ਲੋਕਾਂ ਦੀ ਗੱਲ ਆ ਵੇਲੇ ਚਲੋ ਅੱਗੇ ਵਧੀਏ ਇਹ ਤਾਂ ਫਿਰ ਅਕਾਲਪੁਰਖ ਵਾਹਿਗੁਰੂ ਹੀ ਅਕਲ ਬਖਸ਼ੇ ਤੇ ਅਕਲ ਆਉਂਦੀ ਹੈ ਨਹੀਂ ਤੇ ਬੰਦਾ ਕੀ ਸਮਝਾਏ ਕਿਸੇ ਨੂੰ ਅੱਗੇ ਵਧਦੇ ਆਪਾਂ ਹਮ ਅ ਨਸ਼ਿਆਂ ਨੂੰ ਰੋਕਣ ਲਈ ਹੁਣ ਕਿਸਾਨ ਜਥੇਬੰਦੀਆਂ ਅੱਗੇ ਆ ਰਹੀਆਂ ਨੇ ਤੇ ਉਹ ਕਹਿੰਦੇ ਨੇ ਕਿ ਲੋਕ ਲਹਿਰ ਹਸਾਰਨ ਦੀ ਲੋੜ ਹੈ ਆ ਸਾਰੇ ਮਿਲਜੁਲ ਕੇ ਹੁਣ ਨਸ਼ਾ ਸਮਾਪਤ ਕਰੀਏ ਪੰਜਾਬ ਦੇ ਵਿੱਚੋਂ ਹਾਂ ਬਹੁਤ ਵਧੀਆ ਡਿਸੀਜਨ ਆ ਵਿੱਚ ਜੜੀ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਜਥੇਬੰਦੀ ਤੇ ਮਜ਼ਦੂਰ ਕਿਸਾਨ ਜਥੇਬੰਦੀ ਇਹਨਾਂ ਨੇ ਕਹਿਤਾ ਕਿ ਸਾਡੀਆਂ ਮੰਗਾਂ ਤੇ ਜੜੀਆਂ ਹੈਗੀਆਂ ਪਰ ਉਹਦੇ باوجود ਜੇ ਪੰਜਾਬ ਵਿੱਚ ਇਸ ਤਰ੍ਹਾਂ ਦੀ ਸ਼ਾਂਤੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਨਾ ਸਿਰਜਿਆ ਗਿਆ ਉਹਨੂੰ ਅਸਾਰਨ ਦੀ ਲੋੜ ਹੈ ਲੋਕ ਲਹਿਰ ਮਹਮ ਦੀ ਔਰ ਇਹਨਾਂ ਕਹਿੰਦਾ ਕਿ ਜੇ ਅਸੀਂ ਪਿੰਡਾਂ 'ਚ ਬੈਠੇ ਪਿੰਡਾਂ ਤੋਂ ਸ਼ੁਰੂ ਕਰਾਂਗੇ ਔਰ ਉਹਦੇ ਨਾਲ ਅਸੀਂ ਫਿਰ ਅਸੀਂ ਜਾਵਾਂਗੇ ਸ਼ਹਿਰਾਂ ਵੱਲ ਨੂੰ ਫਿਰ ਅਸੀਂ ਜਾ ਕੇ ਲੋਕਾਂ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਉਹ ਕਹਿੰਦੇ ਮੈਨ ਟੂ ਮੈਨ ਅਸੀਂ ਡੋਰ ਟੂ ਡੋਰ ਜਾਵਾਂਗੇ ਤਾਂ ਕਿ ਲੋਕ ਜਿਹੜੇ ਸਮਝਾਣਾ ਔਰ ਮਾਂ ਪਿਓ ਨੂੰ ਵੀ ਤਰੀਕੇ ਨਾਲ ਸਮਝਾਵਾਂਗੇ ਕਿ ਮਾਂ ਪਿਓ ਦਾ ਕੀ ਰੋਲ ਬਣਦਾ ਤੇ ਬੱਚਿਆਂ ਦਾ ਰੋਲ ਕੀ ਬਣਦਾ ਹੈਗਾ ਤੇ ਜਿਹੜੇ ਤਸਕਰ ਨੇ ਤੇ ਜਿਹੜੇ ਕੰਮ ਨੂੰ ਅੱਗੇ ਫਲਾ ਰਹੇ ਆ ਤਾਂ ਜਿਹੜਾ ਨਸ਼ਾ ਵੇਚ ਰਹੇ ਆ ਉਹਨਾਂ ਨੂੰ ਵੀ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪੁਲਿਸ ਅਕੇਰ ਜੋਈ ਕਰਾਂਗੇ ਕਿ ਪੁਲਿਸ ਨੂੰ ਕਿ ਤੁਸੀਂ ਸਖਤੀ ਇਹ ਨਹੀਂ ਨਾ ਵਰਤੋ ਜੇ ਪਿਆਰ ਨਾਲ ਅਸੀਂ ਚੱਲਾਂਗੇ ਤੇ ਪੁਲਿਸ ਦੇ ਸਪਾਈ ਹਵਾਲਦਾਰ ਉਹਦੇ ਵਿੱਚ ਐਸ ਐਚਓ ਨਾਲ ਲੈ ਕੇ ਤੁਰਾਂਗੇ ਔਰ ਅਸੀਂ ਇਹਨੂੰ ਕਹਿੰਦੇ ਅਸੀਂ ਕੈਂਪੇਨ ਜਿਹੜੀ ਲੋਕਾਂ ਦੀ ਪਬਲਿਕ ਕੈਂਪੇਨ ਆ ਉਸ ਮੈਂ ਹਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਜੇ ਪ੍ਰੈਕਟੀਕਲ ਤੌਰ ਤੇ ਜੇ ਇਹਨਾਂ ਤੇ ਇਹਨਾਂ ਨੇ ਅਮਲ ਕਰ ਲਿਆ ਤੇ ਮੇਰਾ ਖਿਆਲ ਆ ਕਿ ਇਹ ਕਾਫੀ ਅੱਛਾ ਰਿਜ਼ਲਟ ਦੇ ਸਕਦੀ ਹੈ ਇਹ ਮਹਿਮ ਔਰ ਇਹਦੇ ਵਿੱਚ ਪੰਚਾਇਤਾਂ ਨਾਲ ਹੋਣੀ ਚਾਹੀਦੀ ਹੁਣ ਤਾਂ ਇਲੈਕਸ਼ਨ ਆ ਜਾਣੇ ਜੇ ਇਲੈਕਸ਼ਨ ਦੇ ਪਹਿਲੂ ਸ਼ੁਰੂ ਹੋ ਗਈ ਔਰ ਜੇ ਇਲੈਕਸ਼ਨ ਤੋਂ ਬਾਅਦ ਵੀ ਚੱਲਦੀ ਰਹੀ ਤੇ ਬਹੁਤ ਵਧੀਆ ਗੱਲ ਆ ਉਹਨਾਂ ਇੱਥੋਂ ਤੱਕ ਵੀ ਕਹਿੰਦਾ ਕਿ ਅਸੀਂ ਜਿੱਥੇ ਬੀਐਸਐਫ ਵਾਲੇ ਜਵਾਨ ਬੈਠੇ ਨੇ ਉੱਥੇ ਵੀ ਸਾਡੇ ਬੰਦੇ ਬੈਠਣਗੇ ਅਸੀਂ ਵੇਖਾਂਗੇ ਕਿ ਕਿਧਰੋਂ ਨਸ਼ਾ ਆ ਰਿਹਾ ਔਰ ਕਿਸ ਸਾਧਨ ਨਾਲ ਆ ਰਿਹਾ ਅੱਗੋਂ ਕੌਣ ਚੁੱਕ ਰਿਹਾ ਔਰ ਕਿਹੜੇ ਪਿੰਡਾਂ ਵੱਲੋਂ ਜਾ ਰਿਹਾ ਔਰ ਇਹਨਾਂ ਨੇ ਕੁਝ ਗੱਡੀਆਂ ਦੇ ਵੀ ਅਰੇਂਜ ਕਰ ਲਿਆ ਕੋਈ ਗੱਡੀਆਂ ਟਰੈਕਟਰ ਉਹ ਵੀ ਜ਼ਮਾਨਾ ਸੀ ਜਦੋਂ ਟਰੈਕਟਰ ਹੀ ਪੂਰੇ ਦੇ ਪੂਰੇ ਇੱਕ ਲਾਮਬੰਦ ਹੋ ਕੇ ਦਿੱਲੀ ਵੱਲ ਨੂੰ ਕੂਚ ਕਰ ਗਏ ਹੁਣ ਵੀ ਇਹਨਾਂ ਨੇ ਜੇ ਮਹਿਮਸ ਕਿਸਾਨਾਂ ਨੇ ਸ਼ੁਰੂ ਕਰ ਦਿੱਤੀ ਜਿੱਥੇ ਮਜ਼ਦੂਰ ਤੇ ਕਿਸਾਨ ਇਕੱਠੇ ਹੋ ਗਏ ਤੇ ਮੇਰਾ ਖਿਆਲ ਪੰਜਾਬ ਫਿਰ ਖੁਸ਼ਹਾਲੀ ਵਾਲ ਨੂੰ ਵਧੂਗਾ ਫਿਰ ਇਹ ਉਹ ਜਿਹੜਾ ਸੁਪਨਾ ਸਕਾਰ ਹੋ ਸਕਦਾ ਜਿਹੜਾ ਭਗਵੰਤ ਮਾਨ ਸਰਕਾਰ ਨੇ ਲਿਆ ਸੀਗਾ ਔਰ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਮਾਇਕ ਤੌਰ ਤੇ ਆਰਥਿਕ ਤੌਰ ਤੇ ਔਰ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਦਿੱਤੀ ਜਾਵੇ ਆ ਭਾਵੇਂ ਇਹਨਾਂ ਦੇ ਪਿੱਛੇ ਬਹਿ ਕੇ ਸੁਪਰਵਾਈਜ਼ਰ ਤੌਰ ਤੇ ਕੰਮ ਕਰੇ ਪ੍ਰੈਕਟੀਕਲ ਤੌਰ ਤੇ ਜਿਹੜੇ ਇਹ ਲੋਕੀ ਕੰਮ ਕਰ ਸਕਦੇ ਆ ਇਹਨਾਂ ਨੂੰ ਪਤਾ ਕਿਹੜੇ ਪਿੰਡ ਵਿੱਚ ਕਿਹੜੀ ਗਲੀ ਕਿੱਦਣ ਜਾਂਦੀ ਹੈ ਕਿੱਥੇ ਨਸ਼ਾ ਵੇਗਦਾ ਕਿੱਥੇ ਚਿੱਟਾ ਵੇਗਦਾ ਕਿਤੇ ਹਿਰਨ ਵਿਕਰੀ ਆ ਕਿਤੇ ਸ਼ਰਾਬ ਵਿਕਰੀ ਆ ਕਿਤੇ ਕੀ ਆ ਹੁਣ ਸ਼ਰਾਬ ਦੀ ਵਿਕਣ ਦੀ ਜਿਹੜੀ ਗੱਲ ਆ ਉਹ ਪੁਲਿਸ ਨੂੰ ਪੁੱਲ ਗਈ ਪੁਲਿਸ ਸ਼ਰਾਬ ਵਾਲੇ ਪਾਸੇ ਇਹਨਾਂ ਨੇ ਜਾ ਰਹੀ ਜਿੱਥੇ ਪੱਠੀਆਂ ਲੱਗਦੀਆਂ ਜਾਂ ਕੁਝ ਲੱਗਦਾ ਔਰ ਸ਼ਰਾਬ ਇੰਨੀ ਘਾਤਕ ਨਹੀਂ ਜਿੰਨੇ ਇਹ ਨਸ਼ਿਆ ਰਹਿਆ ਔਰ ਔਰ ਜਿਆਦਾ ਨਸ਼ੇ ਮਾਰੂਗਾ ਇਹ ਵੀ ਪਿੰਪੁਆਇੰਟ ਕਰਨਾ ਪਵੇਗਾ ਇਹ ਵੀ ਲੱਭਣੇ ਪੈਣਗੇ ਕਿ ਪ੍ਰਸ਼ਾਸਨ ਦੇ ਵਿੱਚ ਉਹ ਕਿਹੜੇ ਲੋਕ ਬੈਠੇ ਨੇ ਸਹੀ ਗੱਲ ਜਿਹੜੇ ਇਹ ਨਸ਼ਾ ਤਸਕਰਾਂ ਦੀ ਮਦਦ ਕਰਦੇ ਨੇ ਤੇ ਮਿਨਿਸਟਰੀਜ਼ ਦੇ ਵਿੱਚੋਂ ਕਿਹੜੇ ਨੇਤਾ ਬੈਠੇ ਨੇ ਜਿਹੜੇ ਨਸ਼ਾ ਤਸਕਰਾਂ ਦੀ ਤੇ ਪ੍ਰਸ਼ਾਸਨ ਦੇ ਵਿੱਚੋਂ ਜਿਹੜੇ ਲੋਕ ਬੈਠੇ ਨੇ ਸਭ ਮਿਲ ਕੇ ਨੈਟਵਰਕ ਜਿਹੜਾ ਚੁਣਾਉਂਦੇ ਨੇ ਨਸ਼ਾ ਤਸਕਰਾਂ ਦੀ ਮਦਦ ਕਿਵੇਂ ਕਰਦੇ ਨੇ ਉਹ ਕਾਲੀਆਂ ਭੇਡਾਂ ਵੀ ਲੱਭਣੀਆਂ ਜ਼ਰੂਰੀ ਨੇ ਜਿਹੜੀਆਂ ਰਾਜਨੀਤੀ ਦੇ ਵਿੱਚ ਵੀ ਕੰਮ ਕਰਦੀਆਂ ਪਈਆਂ ਨੇ ਤੇ ਪ੍ਰਸ਼ਾਸਨ ਦੇ ਵਿੱਚ ਵੀ ਕੰਮ ਕਰਦੀਆਂ ਪਈਆਂ ਨੇ ਜੋ ਤੱਕ ਉਹ ਨਹੀਂ ਲੱਭੀਆਂ ਜਾਣਗੀਆਂ ਉਹਨਾਂ ਨੂੰ ਨਹੀਂ ਠੱਲ ਪਾਈ ਜਾਊਗੀ ਉਦੋਂ ਤੱਕ ਇਹ ਨਸ਼ਾ ਰੋਕਣਾ ਮੁਸ਼ਕਲ ਲੱਗਦਾ ਵੈਸੇ ਖਾਸਾ ਸਾਰ ਤੇ ਗੱਲ ਹੈ ਤੁਹਾਡੀ ਗੱਲ ਬਿਲਕੁਲ ਸਹੀ ਨੁਕਤੇ ਦੀ ਹੈ ਕਿ ਐਮਐਲਏ ਔਰ ਐਮਪੀ ਉਸ ਇਲਾਕੇ ਦੇ ਜਿਹੜੇ ਆ ਇਹ ਬਹੁਤ ਅਨਵਾਲ ਹੋ ਰਹੇ ਆ ਇਸ ਕਰਕੇ ਕਿ ਜਦੋਂ ਬੰਦਾ ਨਸ਼ਾ ਵੇਚਦਾ ਤਸਕਰੀ ਕਰਦਾ ਫੜਿਆ ਜਾਂਦਾ ਉਹ ਜਦੋਂ ਥਾਣੇ ਜਾਂਦਾ ਤਾਂ ਐਸਐਚਓ ਨੂੰ ਫੋਨ ਚੱਲ ਜਾਂਦਾ ਪਿਆ ਬੰਦਾ ਜਿਹੜਾ ਹੁਕਮ ਸਿੰਘਾ ਜਾਂ ਕਿਸੀਤਾ ਸਿੰਘਾ ਫਰਜੀ ਨਾਂ ਕਿਉਂ ਸੀ ਉਹਨੂੰ ਜਿਹੜਾ ਫੜਿਆ ਉਹਨੂੰ ਛੱਡ ਦੋ ਉਹ ਕਹਿੰਦੇ ਕਿਉਂ ਜੀ ਆਂਦਾ ਕਿਉਂ ਯਾਰ ਇਹ ਸਾਡਾ ਆਪਣਾ ਬੰਦਾ ਵਾ ਇਹਦੇ ਤੇ ਕੋਈ ਇਦਾਂ ਦਾ ਨਹੀਂ ਹੈਗਾ ਤੇ ਨਹੀਂ ਐਫ ਆਈ ਆਰ ਲਾਚ ਕਰਨੀ ਕੋਈ ਧਾਰਾ ਨਹੀਂ ਲਾਉਣੀ ਇਹ ਸਾਡਾ ਬੰਦਾ ਉਹ ਛੁਰਵਾ ਕੇ ਲੈ ਜਾਂਦੇ ਆ ਉਹ ਫਿਰ ਆ ਕੇ ਦੂਜੇ ਮੁੰਡਿਆਂ ਨੂੰ ਕਹਿੰਦਾ ਇਹੋ ਗੱਲ ਸੀ ਕੋਈ ਗੱਲ ਨਹੀਂ ਹੁਣ ਕਰੋ ਖੁੱਲ ਕੇ ਗਾਲੀ ਕੋਈ ਨਹੀਂ ਇਹ ਤੇ ਜੇ ਐਮ ਐਲ ਐਨ ਵਾਲਵਰੀਆ ਜਾਂ ਐਮ ਐਲ ਨੇ ਸਹ ਦਿੱਤੀ ਜੇ ਐਮ ਪੀ ਨੇ ਉਹਨਾਂ ਨੂੰ ਸੰਸਦ ਨੇ ਨਾ ਰੋਕਿਆ ਤੇ ਮੇਰਾ ਖਿਆਲ ਫਿਰ ਇਹ ਜਿਹੜਾ ਧਰੀ ਧਰਾਈ ਗੱਲ ਰਹਿ ਸਕਦੀ ਆ ਵੈਸੇ ਕਿਸਾਨ ਜਥੇਬੰਦੀਆਂ ਜਿਹੜੀ ਹੈਗੇ ਜਦੋਂ ਉਹਨਾਂ ਨੇ ਆਪਣਾ ਇੱਕ ਤਰ੍ਹਾਂ ਦਾ ਐਕਸ਼ਨ ਲਿਆ ਜਦੋਂ ਉਹਨਾਂ ਨੇ ਮਾਰਚ ਕੀਤਾ ਤੇ ਮੇਰਾ ਖਿਆਲ ਹੈ ਸਾਰੇ ਆਪਣੇ ਆਪਣੀ ਨੁਕਰੇ ਲੱਗ ਜਾਣਗੇ ਇਹ ਸੈਂਟਰ ਤੱਕ ਇਹਨਾਂ ਨੇ ਇਹਨਾਂ ਕੁਝ ਕਰ ਦਿੱਤਾ ਮੋਦੀ ਸਾਹਿਬ ਨੂੰ ਮਜਬੂਰ ਕਰਤਾ ਕਿ ਆ ਇਸ ਪਾਸੇ ਆਜੋ ਇਸ ਪਾਸੇ ਇਸ ਨੁਕਰੇ ਨਾ ਲਗੋ ਹਾਂ ਹੋ ਸਕਦਾ ਨਾ ਕਿ ਜਿਹੜੇ ਕੋਈ ਪੋਲੀਟੀਕਲ ਪਰਸਨੈਲਿਟੀਆਂ ਹੈਗੀਆਂ ਨੇ ਜਿਹੜੀਆਂ ਇਹਨਾਂ ਨੂੰ ਨਸ਼ਾ ਤਸਕਰਾਂ ਨੂੰ ਸਪੋਰਟ ਕਰਦੇ ਹਨ ਹੋ ਸਕਦਾ ਉਹ ਆਪਣੇ ਇਲੈਕਸ਼ਨ ਦਾ ਫੰਡ ਇਕੱਠੀਆਂ ਕਰਦੇ ਹੋਣ ਕਿਉਂਕਿ ਇਲੈਕਸ਼ਨ ਲੜਨੀ ਵੀ ਬਹੁਤ ਮਹਿੰਗੀ ਹੋ ਗਈ ਹੈ ਨਾ ਉਹਦੇ ਵਾਸਤੇ ਫੰਡ ਚਾਹੀਦਾ ਆ ਗੱਡੀਆਂ ਚੱਲੀਆਂ ਵੱਡੇ ਵੱਡੇ ਇਲੈਕਸ਼ਨਸ ਦੇ ਲੜਨੇ ਨੇ 1 ਕਰੋੜ ਦਾ ਖਰਚਾ ਤਾਂ ਕਿਤੇ ਨਹੀਂ ਗਿਆ ਨਾ ਉਹਨੂੰ 1 ਕਰੋੜ ਕਿੱਥੋਂ ਲਿਆਣਾ ਸਹੀ ਗੱਲ ਇਸ ਕਰਕੇ ਨਸ਼ਾ ਵੇਚਣ ਵਾਲਿਆਂ ਨੂੰ ਸਪੋਰਟ ਕਰਕੇ ਉਹ ਤੋਂ ਸ਼ਾਇਦ ਇਲੈਕਸ਼ਨ ਫੰਡ ਲੈਂਦੇ ਹੋਣ ਕੀ ਪਤਾ ਕਿਸੇ ਦੀ ਕੀ ਮਜਬੂਰੀ ਹੈ ਇਹ ਤਾਂ ਪਤਾ ਲੱਗੇਗਾ ਨਾ ਵੈਸੇ ਸੱਟਾ ਕੱਢਿਆ ਗਿਆ ਕਿ ਸਰਕਾਰਾਂ ਬਹੁਤ ਆਈਆਂ ਸਰਕਾਰਾਂ ਦੇ ਵਾਸਤੇ ਦੀ ਗੱਲ ਨਹੀਂ ਜੇ ਲੋਕ ਲੰਬ ਬੰਦ ਹੋ ਗਏ ਹਰ ਚੀਜ਼ ਦਾ ਜਦੋਂ ਲੋਕ ਜਦੋਂ ਲੋਕ ਰੈਵੋਲੂਸ਼ਨ ਲਿਆਉਂਦੇ ਆ ਜਦੋਂ ਕੋਈ ਕ੍ਰਾਂਤੀ ਆਉਂਦੀ ਆ ਤੇ ਪਬਲਿਕ ਲਿਆਉਂਦੀ ਆ ਰਸ਼ੀਆ ਚ ਜੇ ਕ੍ਰਾਂਤੀ ਆਈ ਆ ਤੇ ਮਜ਼ਦੂਰਾਂ ਤੇ ਕਿਸਾਨਾਂ ਨੇ ਲਿਆਂਦੀ ਆ ਜੇ ਫਰਾਂਸ ਚ ਕ੍ਰਾਂਤੀ ਆਈ ਸੀ ਤੇ ਮਜ਼ਦੂਰ ਤੇ ਕਿਸਾਨ ਇਕੱਠੇ ਹੋ ਕੇ ਆਏ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਬੁੱਛ ਸੀ ਜਾਰਜ ਸੀਗੇ ਉਹਨਾਂ ਨੂੰ ਲੜਕਾਤਾ ਸੀਗਾ ਜਿੰਨੇ ਜਿੰਨੇ ਲੋਕ ਗਲਤ ਕੰਮ ਕਰਦੇ ਸੀ ਇਸੇ ਤਰ੍ਹਾਂ ਵੀ ਜੇ ਸਾਡੇ ਵੀ ਲੋਕ ਜਾਗ ਪਏ ਐਕਚੁਅਲੀ ਠੀਕ ਹੈ ਬਹੁਤ ਕੁਝ ਚੰਗਾ ਸਿੱਟਾ ਨਿਕਲ ਸਕਦਾ ਬਿਲਕੁਲ ਰਸ਼ੀਆ ਦੇ ਵਿੱਚ ਜ਼ਾਰ ਆ ਸੀ ਰਾਜਾ ਜ਼ਾਰਦੀ ਹਕੂਮਤ ਖਤਮ ਕੀਤੀ ਜੀ ਜੀ ਜ਼ਾਰ ਬਗਰ ਅਤੇ ਇੱਥੇ ਵੀ ਅਸੀਂ ਦੇਖਦੇ ਆ ਕਿ ਲੋਕਤੰਤਰ ਆਏਗਾ ਸਾਰਾ ਕੁਛ ਇਦਾਂ ਦਾ ਮਾਹੌਲ ਬਣੇਗਾ ਹੁਣ 2024 ਦੀਆਂ ਇਲੈਕਸ਼ਨਸ ਦੇ ਵਿੱਚ ਦੇਖੋ ਲੋਕ ਕੀ ਫੈਸਲਾ ਕਰਦੇ ਨੇ ਕਿਉਂਕਿ ਫੈਸਲਾ ਤਾਂ ਲੋਕਾਂ ਨੇ ਕਰਦੇ ਨੇ ਜੀ ਬਿਲਕੁਲ ਸਮਾ ਵਾਲੀ ਗੱਲ ਹੋਏਗੀ ਸਮਾ ਹੋ ਗਿਆ ਜੀ ਸਮਾ ਹੋ ਗਿਆ ਬਸ ਜਾਂਦੇ ਜਾਂਦੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਜਿਹੜਾ ਪਰਾਲੀ ਸੜਨ ਤੋਂ ਰੋਕਿਆ ਜਾ ਰਿਹਾ ਉਹ ਕੇਂਦਰ ਦੀਆਂ ਟੀਮਾਂ ਪੰਜਾਬ ਪੁੱਜੀਆਂ ਹੋਈਆਂ ਨੇ ਤੇ ਆਪਣੀ ਕਾਰਵਾਈ ਪਾਉਂਦੀਆਂ ਪਈਆਂ ਆਹ ਟੀਮਾਂ ਵੀ ਆ ਗਈਆਂ ਉੱਥੋਂ ਔਰ ਉਹਨਾਂ ਨੇ ਇਹ ਕਹਿਤਾ ਕਿ ਜੇ ਅਸੀਂ ਜੇ ਰਾਈਡੈਂਟਰੀ ਕਰਨੀ ਚਾਹੀਦੀ ਕਿਸਾਨਾਂ ਦੇ ਜਿਹੜੇ ਸਹੂਲਤਾਂ ਜੋ ਸਬਸਿਡੀ ਮਿਲਦੀ ਹੈ ਜਿਹੜੇ ਕੰਮ ਕਰ ਰਹੇ ਆ ਔਰ ਬਠਿੰਡਾ ਇਸ ਵੇਲੇ ਸਭ ਤੋਂ ਵੱਧ ਪ੍ਰਦੂਸ਼ਣ ਵਾਲਾ ਸ਼ਹਿਰ ਬਣ ਗਿਆ ਉਹਦਾ ਇਲਾਕਾ ਕਿਉਂਕਿ ਜਿੰਨੇ ਵੀ ਕਿਸਾਨ ਸੀਗੇ ਉਹਨਾਂ ਨੇ ਪਰਾਲੀ ਸਾੜਨ ਤੋਂ ਨਹੀਂ ਰੋਕ ਲਈ ਨਹੀਂ ਰੁਕੇ ਔਰ ਉਹ ਪਰਾਲੀ ਸਾੜਨ ਨਾਲ ਜਿਹੜਾ ਤੁਸੀਂ ਰਾਤ ਨੂੰ ਆਸਮਾਨ ਵੇਖੋ ਅਰਥਾ ਨੂੰ ਲੱਗੂਗਾ ਜਦੋਂ ਬੱਦਲ ਛਾਏ ਪਿਆ ਹੁੰਦਾ ਇਹ ਧੂਆਂ ਚੜੇ ਪਿਆਗਾ ਔਰ ਦੂਜਾ ਦੀਵਾਲੀ ਦੇ ਪਟਾਕੇ ਚੱਲੇ ਹਨਾ ਉੱਚ ਧੂਆਂ ਰੋਲੀ ਹੋ ਗਈ ਬਹੁਤ ਖੁਸ਼ ਹੋਇਆ ਸ਼ੁਰਲੀਆਂ ਪਟਾਕੇ ਬੜਾ ਕੁਝ ਚੱਲਿਆ ਔਰ ਉਹਦੇ ਨਾਲ ਵੀ ਧੂਆਂ ਰੋਲੀ ਹੋ ਕੇ ਬਹੁਤ ਹੋ ਗਿਆ ਔਰ ਉਹਦੇ ਨਾਲ ਇੱਕ ਤਾਂ ਇੱਕੋ ਫਾਇਦਾ ਆਇਆ ਕਿ ਮੱਛਰ ਕੱਟ ਗਿਆ ਬਾਕੀ ਤਾਂ ਹੋਇਆਗਾ ਵੈਸੇ ਸਰਦੀ ਆ ਰਹੀ ਹੈ ਮੱਛਰ ਤੇ ਵੈਸੇ ਨਹੀਂ ਰਣਾ ਉਹਨੂੰ ਔਰ ਇਹਦੇ ਨਾਲ ਸਾਰਾ ਰਣਾ ਔਖਾ ਹੋ ਗਿਆ ਦਿੱਲੀ ਦੇ ਵਿੱਚ ਐਸੀ ਹਾਲਤ ਮਾੜੀ ਹੋਈ ਕਿ ਲੋਕਾਂ ਦੇ ਫੇਫੜੇ ਗਲਣੇ ਸ਼ੁਰੂ ਹੋ ਗਏ ਔਰ ਉਹਦੇ ਵਿੱਚ ਹਰਿਆਣਾ ਵੀ ਪ੍ਰਭਾਵਿਤ ਹੋਇਆ ਹਰ ਜਲੰਧਰ ਦੇ ਵਿੱਚ ਜਿਹੜੀ 에ਅਰ ਕੁਆਲਿਟੀ ਹੈ ਇਹ ਬਹੁਤ ਪ੍ਰਦੂਸ਼ਿਤ ਔਰ ਬੜੀ ਮਾੜੀ ਜਿਹੜੀ ਸਾਹ ਲੈਣ ਯੋਗ ਨਹੀਂ ਹੈਗੀ ਜੇ ਸਾਹ ਹੀ ਨਹੀਂ ਤੁਹਾਨੂੰ ਚੰਗਾ ਹੈ ਤੇ ਕਿੰਨੀ ਗਲਤ ਹੋ ਗਈ ਗੱਲ ਔਰ ਤੁਸੀਂ ਬਾਹਲੇ ਦੇਸ਼ਾਂ ਚੱਲ ਜਾਓ ਤੁਹਾਨੂੰ ਕਦੀ ਖੰਗ ਹੀ ਨਹੀਂ ਆਉਂਦੀ ਨਿਊਜ਼ੀਲੈਂਡ ਚਿਲ ਕੇ ਜਾ ਕੇ ਦੇਖੋ ਆਕਲੈਂਡ ਦੇ ਏਰੀਆ ਔਰ ਫੋਲੀ ਉਥੇ ਮਹਿਕ ਦੇਆ ਉਹਦੇ ਵਿੱਚ ਤੁਸੀਂ ਦੇਖੋ ਜਪਾਨ ਦਾ ਕੁਝ ਏਰੀਆ ਉਹਦੇ ਚੱਲ ਜਾਓ ਸਾਡੇ ਦੇਸ਼ ਵਿੱਚ ਜੇ ਜਾਣਾ ਤੇ ਜੇ ਐਂਡਕੇ ਦਾ ਵੇਖੋ ਸ਼੍ਰੀਨਗਰ ਦਾ ਏਰੀਆ ਸਵਰਗ ਧਰਤੀ ਤੇ ਸਵਰਗ ਔਰ ਇਹਨੂੰ ਅਸੀਂ ਖਰਾਬ ਆਪ ਕਰ ਰਹੇ ਹਾਂ ਰੁੱਖਾਂ ਦੀ ਕਟਾਈ बसलां दी बर्बादी है ना जो पानी वादू तक कटना साउथ ਦੇ ਵਿੱਚ ਵੀ ਅਸੀਂ ਕਾਫੀ ਜੰਗਲ ਸਾਂਭ ਕੇ ਰੱਖੇ ਨੇ ਬਹੁਤ ਸਾਹਿਬ ਬਹੁਤ ਸਾਹਿਬ ਉਹ ਜਿਹੜਾ ਪ੍ਰਦੂਸ਼ਿਤ ਨਾਂਗਾ ਗੰਗਾ ਨਦੀ ਦਾ ਡੈਲਟਾ ਹੈ ਉੱਥੇ ਵੀ ਜਿਹੜੇ ਬੰਨ ਨੇ ਕਾਫੀ ਸੰਭਾਲ ਕੇ ਰੱਖੇ ਨੇ ਔਰ ਇਧਰ ਜਿਹੜਾ ਆਪਾਂ ਕਹਿੰਦੇ ਆ ਪਹਾੜੀ ਇਲਾਕੇ ਨੇ ਇਧਰ ਸੈਵਨ ਸਿਸਟਰਸ ਨੇ ਹਮਾਚਲ ਸਾਡਾ ਨਿਕੋਬਾਰ ਜਿੱਥੇ ਬਾਰਿਸ਼ ਬਹੁਤ ਹੁੰਦੀ ਹੈ ਉੱਥੇ ਵੀ ਅਸੀਂ ਨੇਚਰਲ ਬਿਊਟੀ ਸੰਭਾਲ ਕੇ ਰੱਖੀ ਹੋਈ ਹੈ ਪਰ ਕਿਸੇ ਪਾਸੇ ਚਲੋ ਅਕਲ ਸਿੱਖਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਕਿ ਨੇਚਰ ਨੂੰ ਕਿੱਦਾਂ ਸੰਭਾਲ ਕੇ ਰੱਖਣਾ ਹੈ ਹਰ ਥਾਂ ਦੇ ਉੱਤੇ ਜੇ ਵੱਸੋਂ ਹੀ ਵੱਸੀ ਜਾਏਗੀ ਹਰ ਥਾਂ ਦੇ ਉੱਤੇ ਜੇ ਬਿਲਡਿੰਗਾਂ ਹੀ ਬਣਾਈ ਜਾਵਾਂਗੇ ਔਰ ਨੇਚਰ ਨੂੰ ਤਬਾਹ ਕਰੀ ਜਾਵਾਂਗੇ ਕੱਲ ਨੂੰ ਖਾਮਿਆਜ਼ਾ ਸਾਨੂੰ ਹੀ ਭੁਗਤਣਾ ਪਵੇਗਾ ਸਹੀ ਗੱਲ ਸੋ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ ਯੂ ਐਸ اے ਟੀਵੀ ਸਬਸਕ੍ਰਾਈਬ ਕਰੋ ਬਲਕਾਰ ਜੀ ਚੱਲਦੇ ਸੱਚੀ ਅਕਾਲ